ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਨਾਏ। ਥੋੜ੍ਹਾ ਜਿਹਾ ਘੱਟ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਉਂ ਬੁਲਾਵੈ ਤੋ ਬੋਲੈ ਸੁਆਮੀ ਕੁਦਰਤ ਕਮਲ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰ ਮੈਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਆਬ ਸਰਬੱਸਿਕ ਸੰਗਤਾਂ ਬਾਈ ਭਾਈ ਵੱਡ ਭਾਗੇ ਹੋ ਧੰਤਾ ਦੀ ਜੋਗੋ ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ 'ਤੇ ਸੁਭਾਈਮਾਨ ਚਬਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੀ ਜੀਵਨ ਦੀਆਂ ਕੁਛ ਘੜੀਆਂ ਸਫਲੀਆਂ ਬਣਾ ਰਹੇ ਹੋ ਵੱਡਿਆਂ ਭਾਗਾਂ ਵਾਲਿਓ। ਕੱਲ੍ਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤਾ ਸੀ ਪੰਧੀਰ ਨਗਰ ਦੇ ਚੱਲ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਗਏ ਹੈ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਕਿਸੇ ਦੇ ਕਹੇ ਹੋਏ ਅਤੇ ਜੋ ਟਕਿਆਂ ਦੀ ਥੈਲੀ ਲੈ ਕੇ ਜਾ ਰਹੇ ਸੀ ਗੁੜ ਦੀ ਭੇਲੀ ਲੈ ਕੇ ਜਾ ਰਹੇ ਸੀ ਅਤੇ ਰਸਤੇ ਵਿੱਚ ਇੱਕ ਹੋਰ ਸਿੱਖ ਦੇ ਨਾਲ ਮਿਲਾਪ ਹੋ ਗਿਆ। ਇਹਨੂੰ ਪੁੱਛ ਲਿਆ ਪੰਧੇਰੀਆਂ ਨੇ ਕਿ ਸਤਿਗੁਰੂ ਜੀ ਕਿਹੜੀ ਭੇਟਾ 'ਤੇ ਰੀਝਦੇ ਹੈ। ਹੁਣ ਸਿੱਖ ਨੇ ਕਿਹਾ ਕਿ ਪੰਧੇਰ ਵਾਲਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਬੜੇ ਦਿਆਲੂ ਅਤੇ ਕਿਰਪਾਲੂ ਨੇ ਉਹ ਤਾਂ ਕਦਾਚਿਤ ਵੀ ਕੁਛ ਮੰਗਦੇ ਨੇ ਨਾ ਹੀ ਉਹ ਕੁਛ ਲੈਣਾ ਚਾਹੁੰਦੇ ਹੈ। ਉਹ ਤਾਂ ਪ੍ਰੇਮ ਦੇ ਭੁੱਖੇ ਹੈ ਜਿਹੜੇ ਪ੍ਰੇਮ ਬਣਾ ਕਰਕੇ ਉਹਨਾਂ ਦੇ ਚਰਨਾਂ ਵਿੱਚ ਦਰਸ਼ਨ ਉਦਾਰੇ ਕਰਦੇ ਹੈ ਉਹਨਾਂ ਉੱਤੇ ਰਹਿਮਤਾਂ ਵਰਤਾ ਕੇ ਅਤੇ ਨਿਹਾਲ ਕਰਦੇ ਹੈ ਅਤੇ ਜੋ ਸੰਗਤਾਂ ਪ੍ਰਸ਼ਾਦ ਲੈ ਕੇ ਆਉਂਦੀਆਂ ਉਹ ਸੰਗਤਾਂ ਵਿੱਚ ਵਰਤਾ ਦਿੰਦੇ ਹੈ।
ਇੱਦਾਂ ਹੁਣ ਜਦੋਂ ਇਸ ਸਿੱਖ ਨੇ ਕਿਹਾ ਨਾ ਇਹ ਮਾੜੀ ਮੱਤ ਵਾਲੇ ਹੈ ਅਤੇ ਇਹਨਾਂ ਨੇ ਰਸਤੇ ਵਿੱਚ ਹੀ ਬੈਠ ਗਏ, ਇਹ ਗੁੜ ਦੀ ਭੇਲੀ ਜਿਹੜੀ ਫੋੜ ਕਰਕੇ ਅਤੇ ਆਪ ਹੀ ਖਾ ਲਏ, ਪੰਧੇਰੀਆਂ ਨੇ ਇਤਨਾ ਮੂਰਖਪੁਣਾ ਕੀਤਾ ਕਿ ਜੋ ਸਤਿਗੁਰਾਂ ਵਾਸਤੇ ਭੇਟਾ ਕਰਨ ਵਾਸਤੇ ਗੁੜ ਦੀ ਭੇਲੀ ਲੈ ਕੇ ਜਾ ਰਹੇ ਸੀ ਨਾ, ਇਹਨਾਂ ਨੇ ਰਸਤੇ ਵਿੱਚ ਹੀ ਖਾ ਲਈ। ਅਤੇ ਜਿਹੜਾ ਧਨ ਸੀ, ਕਹਿਣ ਲੱਗੇ ਜੇ ਧਨ ਆਪਾਂ ਇੱਦਾਂ ਗੁਰੂ ਦੇ ਸਾਹਮਣੇ ਲੈ ਕੇ ਗਏ ਨਾ ਅਤੇ ਗੁਰੂ ਧਨ ਦੀ ਥੈਲੀ ਦੇਖ ਕੇ ਮੰਗ ਨਾ ਲਵੇ, ਇਸ ਵਾਸਤੇ ਇੱਥੇ ਧਨ ਦੱਬ ਚੱਲੀਏ, ਵਾਪਸ ਮੁੜਦੇ ਇੱਥੋਂ ਧਨ ਕੱਢ ਕੇ ਲੈ ਚੱਲਾਂਗੇ। ਇਤਨੀ ਮੂਰਖਤਾ ਮਨ ਮੁਖੀਆਂ ਨੇ ਕੀਤੀ ਹੈ। ਇੱਦਾਂ ਹੁਣ ਇਹ ਸਭ ਕੁਛ ਕਰਕੇ ਨਾ ਅਤੇ ਅੱਗੇ ਅਲੀ ਸ਼ੇਰ ਵਾਲੇ ਪਾਸੇ ਨੂੰ ਜਾ ਰਹੇ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਜੋ ਇਹਨਾਂ ਨੇ ਪਿੰਡ ਦੇ ਵਿੱਚ ਜਗ੍ਹਾ ਨਹੀਂ ਸੀ ਨਾ ਦਿੱਤੀ ਸਤਿਗੁਰਾਂ ਨੂੰ, ਅਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪੰਧੇਰ ਤੋਂ ਅੱਗੇ ਅਲੀ ਸ਼ੇਰ ਨੂੰ ਚਲੇ ਗਏ। ਹੁਣ ਜਦੋਂ ਕਿਸੇ ਸਿਆਣੇ ਮਨੁੱਖ ਨੇ ਦੱਸਿਆ ਤਾਂ ਇਹ ਪਛਤਾਵਾ ਕਰਕੇ ਗਏ, ਪਰ ਮੂਰਖਤਾ ਕਰਨੋਂ ਫੇਰ ਨਹੀਂ ਹਟੇ। ਕਿਉਂਕਿ ਗੁਰੂ ਪਿਆਰ ਵਾਲਿਓ, ਜਿਹੜੇ ਬੰਦੇ ਮੂਰਖ ਹੋਇਆ ਕਰਦੇ ਹੈ ਉਹ ਕਦਾਚਿਤ ਵੀ ਸਮਝਦੇ ਨਹੀਂ। ਮੂਰਖ ਬੰਦਾ ਕਦਾਚਿਤ ਵੀ ਸਮਝੇਗਾ ਨਹੀਂ, ਉਹਦੇ ਨਾਲ ਜਿਤਨੀ ਮਰਜ਼ੀ ਕੋਈ ਕਹਾਣੀ ਕਰ ਲਵੋ ਤੁਸੀਂ, ਉਹਨੇ ਅੰਤ ਨੂੰ ਆਪਣੀ ਮੂਰਖਤਾ ਹੀ ਵਿਖਾਉਣੀ ਹੁੰਦੀ ਹੈ। ਇਹ ਜਾਂਦੇ ਜਾਂਦੇ ਰਸਤੇ ਵਿੱਚ ਇਹਨਾਂ ਨੇ ਇੱਦਾਂ ਕਹਿ ਲਓ ਕਿ ਸ਼ਰਾਰਤਪੂਰਨ ਹੀ ਕੀਤਾ, ਇਹ ਕੁਛ ਕਰਕੇ ਅਤੇ ਅੱਗੇ ਸਤਿਗੁਰਾਂ ਦੇ ਹੁਣ ਦਰਸ਼ਨ ਕਰਨ ਵਾਸਤੇ ਜਾ ਰਹੇ ਹੈ ਆਪਣੀ ਭੁੱਲ ਬਖਸ਼ਾਉਣ ਵਾਸਤੇ। ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਭਾਖਤ ਘਟਕਾ ਜੁਗ ਬੈਠੇ, ਪੁਣੇ ਗ੍ਰਾਮ ਆਪਣੇ ਚੱਲ ਬੈਠੇ। ਅਲੀ ਸ਼ੇਰ ਕੇ ਮੁੰਜਣ ਸੁਣੀ, ਉਤਰੇ ਵਹਿਰ ਗੁਰੂ ਜਗ ਧਨੀ। ਹੁਣ ਇਸ ਤਰ੍ਹਾਂ ਨਾ ਇਸ ਜਗ੍ਹਾ 'ਤੇ ਦੋ ਘੜੀਆਂ ਬੈਠ ਕੇ ਗੁੜ ਦੀ ਭੇਲੀ ਵੀ ਖਾ ਲਈ, ਤੋੜ ਕੇ ਆਪਸ ਵਿੱਚ ਵੰਡ ਕੇ ਧਨ ਵੀ ਨੱਪ ਦਿੱਤਾ, ਅਤੇ ਦੋ ਘੜੀਆਂ ਇੱਥੇ ਬੈਠ ਕਰਕੇ ਅਤੇ ਅੱਗੇ ਨੂੰ ਇਹਨਾਂ ਨੇ ਫਿਰ ਚੱਲਣਾ ਕੀਤਾ। ਉੱਧਰ ਅਲੀ ਸ਼ੇਰ ਪਿੰਡ ਦੇ ਲੋਕਾਂ ਨੇ ਸੁਣਿਆ ਕਿ ਜਗਤ ਦੇ ਧਨੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਧਾਰ ਕਰਨ ਵਾਸਤੇ ਆ ਰਹੇ ਹੈ, ਰਹਿਮਤਾਂ ਵਰਤਾਉਣ ਵਾਸਤੇ ਆ ਰਹੇ ਹਨ। ਨਰ ਸਮੁਦਾਇ ਆਏ ਦਰਸੰਤੇ, ਅਣਕ ਭਾਤ ਕੀ ਸੇਵ ਕਰਨਤੇ। ਹਮ ਕੋ ਭੀ ਅਬੇ ਇਮ ਬਣ ਆਏ, ਦਰਸ਼ਨ ਕਰੇ ਮਿਲੇ ਟਿਗ ਜਾਏ। ਅਤੇ ਅਲੀ ਸ਼ੇਰ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਨਾ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੀ ਨਗਰੀ ਵਿੱਚ ਆਏ ਹੈ ਰਹਿਮਤਾਂ ਵਰਤਾਉਣ ਵਾਸਤੇ, ਇਹ ਬੜੇ ਸਾਰੇ ਪਤਵੰਤੇ ਸੱਜਣ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਗਏ ਹੈ, ਇਹ ਮਿਲ ਕਰਕੇ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਗਏ, ਜਾ ਕਰਕੇ ਇਹਨਾਂ ਨੇ ਦਰਸ਼ਨ ਦਾਰੇ ਕੀਤੇ ਅਤੇ ਅਨੇਕ ਤਰ੍ਹਾਂ ਦੇ ਨਾਲ ਅਨੇਕ ਪ੍ਰਕਾਰ ਦੀ ਸੇਵਾ ਕਰਦੇ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਗੁਰੂ ਪਿਆਰ ਵਾਲਿਓ, ਤੀਸਰੇ ਪਾਤਸ਼ਾਹ ਨੇ ਹੱਥੀਂ ਸੇਵਾ ਕਰਕੇ ਨਾ ਬਜ਼ੁਰਗ ਅਵਸਥਾ ਵਿੱਚ, ਅਤੇ ਇਹ ਸਾਨੂੰ ਉਪਦੇਸ਼ ਦੇਣ ਵਾਸਤੇ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ ਕਿ ਜਿਹੜੇ ਇਕਾਗਰਤਾ ਬਣਾ ਕੇ ਗੁਰੂ ਦੇ ਘਰ ਦੀ ਸੇਵਾ ਕਰਦੇ ਹੈ ਉਹਨਾਂ ਉੱਤੇ ਰਹਿਮਤਾਂ ਆਉਂਦੀਆਂ।
ਹੁਣੇ ਅਲੀ ਸ਼ੇਰ ਵਾਲੇ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਗਏ ਹੈ। ਜਿੱਥੇ ਦਰਸ਼ਨ ਕੀਤੇ ਉੱਥੇ ਅਨੇਕ ਤਰ੍ਹਾਂ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਅਤੇ ਮਨ ਦੇ ਵਿੱਚ ਹੁਣ ਇਹ ਵਿਚਾਰ ਕਰਕੇ ਨਾ ਕਿ ਸਤਿਗੁਰੂ ਜੀ ਆਏ ਹੈ ਅਤੇ ਸੇਵਾ ਕਰੀਏ ਅਤੇ ਸੇਵਾ ਕਰਦੇ ਹੈ। ਦੂਸਰੇ ਪਾਸੇ ਇਹ ਪੰਧੀਰ ਵਾਲਿਆਂ ਨੇ ਵੀ ਦੇਖ ਕੇ ਅਤੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਕਿ ਬਈ ਅਲੀ ਸ਼ੇਰ ਵਿਖੇ ਸਤਿਗੁਰੂ ਜੀ ਮਹਾਰਾਜ ਸੁਭਾਏਮਾਨ ਨੇ ਅਤੇ ਦੇਖੋ ਉੱਥੋਂ ਦੇ ਪਤਵੰਤੇ ਦਰਸ਼ਨ ਦੁਆਰੇ ਕਰਕੇ ਕਿਤਨੀ ਸੇਵਾ ਕਰ ਰਹੇ ਹੈ। ਸਾਨੂੰ ਵੀ ਸੇਵਾ ਕਰਨੀ ਚਾਹੀਦੀ ਹੈ, ਅਸੀਂ ਵੀ ਜਾ ਕੇ ਉਹਨਾਂ ਦੇ ਦਰਸ਼ਨ ਦੁਆਰੇ ਕਰੀਏ ਅਤੇ ਮਨ ਲਗਾ ਕੇ ਸੇਵਾ ਕਰੀਏ। ਪੁਰਖ ਮਹਾਨ ਸਮੀਪੀ ਪਾਏ ਨੈ ਦਰਸ਼ੇ ਇਹ ਦੋਸ਼ ਕਹਾਏ, ਪੁਣੇ ਪਰਸ ਪਰ ਕਹਿਤ ਸੁਨੰਤੇ ਕਿਆਲੇ ਚਲੇ ਜੇ ਤਿੰਦਰ ਸੰਤੇ। ਕਿ ਮਹਾਂਪੁਰਖ ਸਤਿਗੁਰੂ ਜੀ ਮਹਾਰਾਜ ਸਾਡੇ ਨਗਰ ਦੇ ਨੇੜੇ ਆਏ ਹੈ ਅਤੇ ਸਾਨੂੰ ਰਹਿਮਤਾਂ ਦੇਣ ਵਾਸਤੇ ਆਏ, ਸਾਰੇ ਮਿਲ ਕਰਕੇ ਅਤੇ ਉਹਨਾਂ ਦੇ ਦਰਸ਼ਨ ਦਾਰੇ ਕਰੀਏ। ਜਿੱਥੇ ਹੁਣ ਅਲੀ ਸ਼ੇਰ ਵਾਲੀ ਸੰਗਤ ਨੇ ਆਪਸ ਵਿੱਚ ਮਿਲ ਕੇ ਦਰਸ਼ਨ ਦਾਰੇ ਕੀਤੇ ਨਾ, ਹੁਣ ਜਦੋਂ ਇਹ ਪੰਧੀਰ ਵਾਲੇ ਲਾਗੇ ਪਹੁੰਚੇ ਨਾ, ਇੱਕ ਨੇ ਕਹੋ ਪੰਧੇਰੇ ਆਏ, ਤਿੰਨੇ ਆਨ ਕਿਆ ਤਾਂ ਚੜ੍ਹਾਏ। ਅਤੇ ਅਲੀ ਸ਼ੇਰ ਵਾਲਿਆਂ ਵਿੱਚੋਂ ਇੱਕ ਨੇ ਦੇਖ ਕੇ ਕਿਹਾ, ਕਹਿਣ ਲੱਗਾ, ਸਤਿਗੁਰੂ ਜੀ ਪੰਧੇਰ ਨਗਰੀ ਵਾਲੇ ਵੀ ਜਿਹੜੇ ਪਤਵੰਤੇ ਸੱਜਣ ਨੇ ਤੁਹਾਡੇ ਦਰਸ਼ਨ ਦਾਰੇ ਕਰਨ ਵਾਸਤੇ ਆਏ ਹੈ, ਕਿ ਭਾਵੇਂ ਤੁਸੀਂ ਉਸ ਪਾਸੇ ਵੱਲੋਂ ਹੀ ਆਏ ਹੋ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਪਾਸੇ ਵੱਲੋਂ ਇਹਨਾਂ ਨੇ ਚੱਲ ਕਰਕੇ ਆਉਣਾ ਕੀਤਾ, ਜਦੋਂ ਹੁਣ ਆਏ ਤਾਂ ਫਿਰ ਉਹਨਾਂ ਨੇ ਇੱਥੇ ਆ ਕਰਕੇ ਕੀ ਚੜ੍ਹਾਉਣਾ ਕਰਨਾ ਸੀ, ਕਿਉਂਕਿ ਗੁੜ ਤਾਂ ਰਸਤੇ ਵਿੱਚ ਹੀ ਖਾ ਲਿਆ, ਗੁੜ ਦੀ ਭੇਲੀ ਰਸਤੇ 'ਚ ਹੀ ਖਾ ਲਈ, ਧਨ ਇਹਨਾਂ ਨੇ ਸ਼ੈਤਾਨਾਂ ਨੇ ਰਸਤੇ ਵਿੱਚ ਹੀ ਦੱਬ ਦਿੱਤਾ। ਪਰ ਸਤਿਗੁਰੂ ਜੀ ਮਹਾਰਾਜ ਜਾਨੀ ਜਾਨ ਨੇ ਘੱਟ ਘੱਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਜਾਣਦੇ ਹੈ ਕਿ ਕਿੱਦਾਂ ਅਤੇ ਕਿਵੇਂ ਦਾ ਪ੍ਰੇਮ ਬਣਾ ਕੇ ਇਹ ਮਾਈ ਭਾਈ ਸਾਡੇ ਚਰਨਾਂ ਵਿੱਚ ਆਉਣਾ ਕੀਤੀ ਹੈ। ਹੁਣ ਇਹਨਾਂ ਨੇ ਜਾ ਕਰਕੇ ਕੀ ਚੜ੍ਹਾਉਣਾ ਸੀ। ਸਭ ਸੁਧਲੇ ਗਮਨੇ ਮਿਲ ਜਥਾ, ਪੁੰਤਮ ਕਰੋ ਲੈ ਕੀ ਤਥਾ, ਗ੍ਰਾਮ ਪੰਚਾਇਤ ਹੁਤੀ ਸੋ ਜੈਸੇ, ਘਾਟਨਾ ਤੂੰ ਪੀ ਲਾਇਕ ਤੈਸੇ। ਕਿ ਸਾਰੀ ਖਬਰ ਇਹਨਾਂ ਪਾਸੋਂ ਲੈ ਕਰਕੇ ਚੱਲਾਂਗੇ। ਹੁਣ ਨਗਰ ਵਾਲਿਆਂ ਨੇ ਨਾ, ਅਲੀ ਸ਼ੇਰ ਵਾਲਿਆਂ ਨੇ ਜਿੱਥੇ ਸਤਿਗੁਰਾਂ ਦੇ ਸਾਹਮਣੇ ਕਿਹਾ ਕਿ ਪੰਧੇਰੀਏ ਆਏ ਹੈ, ਉੱਥੇ ਆਪਸ ਵਿੱਚ ਵਿਚਾਰਾਂ ਕਰਦੇ ਕਿ ਬਈ ਇਹਨਾਂ ਦਾ ਧਿਆਨ ਰੱਖੋ ਕਿ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਕੀ ਭੇਟਾ ਅਰਪਣ ਕਰਦੇ ਹੈ, ਇਹਨਾਂ ਨੂੰ ਦੇਖ ਕਰਕੇ ਅਤੇ ਫਿਰ ਅਸੀਂ ਜਾਣਾ ਕਰਾਂਗੇ। ਹੁਣ ਜਿਵੇਂ ਗ੍ਰਾਮ ਪੰਚਾਇਤ ਹੁੰਦੀ ਹੈ ਨਾ, ਨਗਰ ਦੀ ਗ੍ਰਾਮ ਪੰਚਾਇਤ ਹੁੰਦੀ ਹੈ, ਉਹਨਾਂ ਦੇ ਪਾਸ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਨਹੀਂ ਹੁੰਦੇ, ਉਹ ਨਗਰ ਵਿੱਚ ਬੇਨਤੀ ਕਰਕੇ ਜਿਤਨੀਆਂ ਮਰਜ਼ੀ ਭੇਟਾਵਾਂ ਜਿਹੜੀਆਂ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਸਕਦੇ ਹੈ। ਹੁਣ ਅਲੀ ਸ਼ੇਰ ਵਾਲੇ ਦੇਖਣਾ ਚਾਹੁੰਦੇ ਸੀ ਕਿ ਕਿਤਨੇ ਕੁ ਸਿਆਣਪ ਇਹ ਪੰਧੇਰੀਏ ਜਿਹੜੇ ਕਿ ਗ੍ਰਾਮ ਪੰਚਾਇਤ ਬਣ ਕੇ ਆਏ ਹੈ, ਕਿਤਨੇ ਕੁ ਅਕਲ ਦੇ ਮਾਲਕ ਨੇ, ਕਿਤਨੀਆਂ ਕੁ ਭੇਟਾਵਾਂ ਇਕੱਤਰ ਕਰਕੇ ਲਿਆਏ ਨੇ। ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਦੇਖਣਾ ਕੀਤਾ, ਇਹ ਮਨ ਦੇ ਵਿੱਚ ਵਿਚਾਰਦੇ ਹੈ
ਕਿ ਜਿੱਦਾਂ ਇਹ ਸਤਿਗੁਰਾਂ ਦੇ ਭੇਟਾ ਅਰਪਣ ਕਰਨਗੇ, ਫਿਰ ਇਹਨਾਂ ਵਾਂਗ ਅਸੀਂ ਵੀ ਪੁੱਤਰੀਓ ਭੇਟਾ ਅਰਪਣ ਕਰਾਂਗੇ ਇਹਨਾਂ ਨੂੰ ਦੇਖ ਕੇ, ਅਤੇ ਫਿਰ ਅਸੀਂ ਭੇਟਾ ਅਰਪਣ ਕਰਾਂਗੇ। ਤਿੰਨ ਮੈਂ ਇੱਕ ਨੇ ਸਕਲ ਸੁਣਾਈ, ਹੁਣ ਕੀ ਸ਼ੁੱਧ ਮੁਝ ਤੇ ਲਿਓ ਪਾਈ। ਕਛੂ ਨਾ ਭੇਟ ਤਰੀ ਗੁਰ ਆਗੇ, ਛੂਛੇ ਪਾਨ ਦਸ ਕੋ ਲਾਗੇ। ਹੁਣ ਜਿਹੜੇ ਦੇਖ ਰਿਹਾ ਸੀ ਨਾ, ਉਹਨਾਂ ਵਿੱਚੋਂ ਇੱਕ ਨੇ ਫਿਰ ਅਲੀ ਸ਼ੇਰ ਵਾਲਿਆਂ ਨੂੰ ਦੱਸਣਾ ਕੀਤਾ। ਕਹਿਣ ਲੱਗੇ, ਭਾਈ ਪੰਧੇਰੀਆਂ ਨੇ ਕੀ ਚੜ੍ਹਾਉਣਾ ਸੀ, ਉਹਨਾਂ ਨੇ ਕੁਛ ਵੀ ਸਤਿਗੁਰਾਂ ਅੱਗੇ ਭੇਟਾ ਨਹੀਂ ਰੱਖੀ, ਖਾਲੀ ਹੱਥ ਆਏ ਆ ਸਤਿਗੁਰਾਂ ਦੇ ਚਰਨਾਂ ਵਿੱਚ, ਅਤੇ ਖਾਲੀ ਹੱਥ ਸਤਿਗੁਰਾਂ ਦੇ ਦਰਸ਼ਨ ਦਾਰੇ ਕਰ ਰਹੇ ਹੈ। ਦੇਖੋ ਕਿਤਨੇ ਪੰਚਾਇਤੀ ਬੰਦੇ ਹੈ, ਪੰਚਾਇਤ ਬਣ ਕੇ ਆਏ ਹੈ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਕੁਛ ਵੀ ਲੈ ਕੇ ਨਹੀਂ ਆਏ। ਹੁਣ ਅਲੀ ਸ਼ੇਰ ਵਾਲਿਆਂ ਨੂੰ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਦਰਸਾ ਦਿੱਤਾ ਕਿ ਪੰਧੇਰੀਏ ਖਾਲੀ ਹੱਥ ਆਏ ਨੇ, ਇਹਨਾਂ ਨੇ ਕੁਛ ਵੀ ਲੈ ਕੇ ਨਹੀਂ ਆਉਣਾ ਕੀਤਾ। ਇੱਦਾਂ ਹੀ ਸਤਿਗੁਰਾਂ ਦੇ ਚਰਨਾਂ 'ਤੇ ਖਾਲੀ ਹੱਥ ਨਮਸਕਾਰ ਕੀਤੀ ਹੈ ਅਤੇ ਇਸੇ ਤਰ੍ਹਾਂ ਹੀ ਦਰਸ਼ਨ ਕਰਨੇ ਚਾਹੁੰਦੇ ਹਨ। ਮਿਲ ਕਰ ਗਏ ਨਾ ਬੋਲੋ ਕਉ, ਇਮ ਦਰਸ਼ਨ ਕੀਨਸ ਮਿਲ ਸੋਉ। ਸੁਣ ਕੇ ਕਹਿਤ ਭਏ ਨਰ ਸਾਰੇ, ਹਮ ਕਿਆ ਤਿਨਕੇ ਹੀਨ ਵਿਚਾਰੇ। ਹੁਣ ਸਾਰੇ ਇਕੱਠੇ ਹੋ ਕੇ ਨਾ ਫਿਰ ਗਏ ਹੈ, ਪਰ ਇਹਨਾਂ ਦੇ ਨਾਲ ਕੋਈ ਵੀ ਬੋਲਿਆ ਨਹੀਂ। ਅਲੀ ਸ਼ੇਰ ਵਾਲੇ ਗਏ ਹੈ ਜਾ ਕੇ ਅਤੇ ਇਹਨਾਂ ਦੇ ਨਾਲ ਕਿਸੇ ਨੇ ਬੋਲਣਾ ਨਹੀਂ ਕੀਤਾ। ਇਸ ਤਰ੍ਹਾਂ ਮਿਲ ਕਰਕੇ ਇਹਨਾਂ ਨੇ ਵੀ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨਾ ਕੀਤੇ ਹੈ, ਚਲੇ ਗਏ ਸਤਿਗੁਰਾਂ ਦੇ ਦਰਸ਼ਨ ਦਾਰੇ ਕੀਤੇ। ਹੁਣ ਸਾਰੇ ਜਿਤਨੇ ਵੀ ਅਲੀ ਸ਼ੇਰ ਦੇ ਮਨੁੱਖ ਸੀ ਨਾ, ਸਾਰੇ ਕਹਿੰਦੇ ਬਈ ਹੁਣ ਇਹਨਾਂ ਪੰਧੇਰੀਆਂ ਨੂੰ ਮਤ ਹੀ ਨੇ ਵਿਚਾਰ ਨਾ ਕਰੀਏ, ਜਿਹੜੇ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹੈ, ਦਰਸ਼ਨ ਤਾਂ ਕਰਨ ਵਾਸਤੇ ਆਏ ਹੈ ਪਰ ਕੁਛ ਲੈ ਕੇ ਨਹੀਂ ਆਏ। ਖਾਲੀ ਹੱਥ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਜਾਣਾ ਨਹੀਂ ਚਾਹੀਦਾ, ਕੁਛ ਨਾ ਕੁਛ ਤਾਂ ਭੇਟਾ ਇਹਨਾਂ ਨੇ ਅਰਪਣ ਕਰਨੀ ਸੀ, ਕੁਛ ਤਾਂ ਕੁਛ ਲੈ ਕੇ ਆਉਂਦੇ। ਖਾਲੀ ਹੱਥ ਇਹਨਾਂ ਨੇ ਆਉਣਾ ਕੀਤਾ ਕਿ ਇਹ ਮਤਹੀਣੇ ਨੇ, ਅਤੇ ਇਹਨਾਂ ਨੂੰ ਮਤਹੀਣੇ ਹੀ ਵਿਚਾਰਨੇ ਕਹਾਂਗੇ ਨਾ। ਮੂਰਖਾਂ ਨੂੰ ਮੂਰਖ ਹੀ ਕਿਹਾ ਜਾਂਦਾ, ਜਿਹੜੇ ਮੂਰਖ ਨੇ ਉਹ ਸਦਾ ਮੂਰਖ ਹੀ ਰਹਿੰਦੇ ਹੈ, ਉਹਨਾਂ ਨੂੰ ਕਦਾਚਿਤ ਵੀ ਅਕਲ ਨਹੀਂ ਆਉਣਾ ਕਰਦੀ। ਤਿੰਨੋਂ ਜ ਮਿਲ ਕੇ ਨੈ ਕੁਛ ਦੀਓ, ਛੂਛੇ ਹੋਏ ਦਰਸ ਗੁਰ ਲਈਓ। ਤੈਸੇ ਹੀ ਤੁਮ ਗਮ ਨੂੰ ਸਾਰੇ, ਮੰਦ ਮਤੀ ਮਹਾ ਨਾ ਵਿਚਾਰੇ। ਕਿ ਉਹਨਾਂ ਨੇ ਜੋ ਮਿਲ ਕੇ ਕੁਛ ਵੀ ਦੇਣਾ ਨਹੀਂ ਕੀਤਾ, ਕਹਿਣ ਦਾ ਭਾਵ ਕਿ ਪੰਧੇਰੀਆਂ ਨੇ ਮਿਲ ਕਰਕੇ ਕੁਛ ਵੀ ਦੇਣਾ ਨਹੀਂ ਦਿੱਤਾ, ਖਾਲੀ ਹੱਥ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਕੀਤੇ ਹੈ ਅਤੇ ਫਿਰ ਕੀ ਆਪਾਂ ਵੀ ਉੱਦਾਂ ਹੀ ਚਲੇ ਜਾਵਾਂਗੇ, ਆਪਾਂ ਵੀ ਉੱਦਾਂ ਹੀ ਚਲੀ ਜਾਵਾਂਗੇ ਕਿ ਮਾੜੀ ਮੱਤ ਵਾਲੇ ਸਤਿਗੁਰਾਂ ਦੀ ਮਹਿਮਾ ਨੂੰ ਜਾਣ ਨਹੀਂ ਸਕੇ। ਜਿਹੜੇ ਪੰਧੇਰੀਏ ਹੈ ਇਹ ਮਤਹੀਣੇ ਨੇ, ਸਤਿਗੁਰਾਂ ਦੀ ਮਹਿਮਾ ਨੂੰ ਜਾਣ ਨਹੀਂ ਸਕੇ, ਇਸੇ ਕਰਕੇ ਇਹਨਾਂ ਨੇ ਸ਼ੈਤਾਨੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਕੀਤਾ। ਪਹਿਲੋਂ ਤਾਂ ਸਤਿਗੁਰਾਂ ਦਾ ਠਹਿਰਾਓ ਹੀ ਨਹੀਂ ਕਰਵਾਇਆ, ਡੇਰਾ ਨਹੀਂ ਕਰਵਾਇਆ, ਅਤੇ ਜੇ ਕਿਸੇ ਦੇ ਕਹੇ ਕਹਾਏ 'ਤੇ ਆ ਗਏ ਤਾਂ ਫਿਰ ਵੀ ਮੂਰਖਾਂ ਨੇ ਹਿਰਦੇ ਵਿੱਚੋਂ ਸ਼ੈਤਾਨੀ ਨਹੀਂ ਕੱਢਣਾ ਕੀਤੀ।
ਸ਼ੈਤਾਨੀ ਦੇ ਨਾਲ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਕੀਤਾ ਹੈ। ਛੂਛੇ ਦਾਏ ਦਰਸ ਕੋ ਕਰੋ, ਰਹੇ ਮੌਨ ਗੁਰ ਕੁਛ ਨਾ ਉਚਰੋ, ਏਕ ਨਿਸਾ ਬਸ ਕੈਤ ਸਥਾਈ, ਗਮਣੇ ਜੋਗੇ ਗ੍ਰਾਮ ਬਸਾਈ। ਇਸ ਤਰ੍ਹਾਂ ਹੁਣ ਇਹਨਾਂ ਨੇ ਵੀ ਖਾਲੀ ਹੱਥੀ ਸਤਿਗੁਰਾਂ ਦੇ ਦਰਸ਼ਨ ਕੀਤੇ ਹੈ, ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਿਲਕੁਲ ਚੁੱਪ ਚਾਪ ਬੈਠੇ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਬਚਨ ਇਹਨਾਂ ਦੇ ਨਾਲ ਕੀਤਾ ਨਹੀਂ, ਕਿਸੇ ਤਰ੍ਹਾਂ ਦਾ ਵੀ ਕੋਈ ਬਚਨ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤਾ ਨਹੀਂ। ਰਾਤ ਤਾਂ ਠਹਿਰੇ, ਪਰ ਸਵੇਰ ਹੁੰਦਿਆਂ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗਮਨੇ ਜੋਗੇ ਗ੍ਰਾਮ ਵਸਾਈ, ਕਿ ਦਿਨ ਚੜ੍ਹਨ ਤੋਂ ਪਹਿਲੇ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰਸਿੱਖਾਂ ਨੂੰ ਕਹਿ ਕੇ ਨਾ ਅਤੇ ਜੋਗੇ ਪਿੰਡ ਵੱਲ ਚਾਲੇ ਮਾਰ ਗਏ ਹਨ। ਉਤੋਂ ਨਿਕਟ ਡੇਰਾ ਕਰ ਦੀਨਾ, ਬੈਠ ਭਰਾ ਜੇ ਪ੍ਰਭੂ ਪ੍ਰਵੀਨਾ, ਦੁਗਧ ਦੇ ਤਿਕ ਮੈਖੀ ਸਾਥ, ਤਿਸਕੀ ਦਸ਼ਾ ਦੇਖ ਜਗਨਨਾਥ। ਜੋਗੇ ਪਿੰਡ ਦੇ ਲਾਗੇ ਪਹੁੰਚ ਕੇ ਨਾ ਗੁਰੂ ਪਿਆਰ ਵਾਲਿਓ ਸਤਿਗੁਰਾਂ ਨੇ ਇਸ ਜੋਗੇ ਪਿੰਡ ਦੇ ਲਾਗੇ ਡੇਰਾ ਕਰ ਲਿਆ। ਪਿੰਡੋਂ ਬਾਰ ਬਾਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਡੇਰਾ ਕਰ ਲਿਆ। ਸਤਿਗੁਰੂ ਜੀ ਮਹਾਰਾਜ ਇਸ ਨਗਰ ਦੇ ਲਾਗੇ ਜਾ ਕਰਕੇ ਬਰਾਜੇ ਹੈ। ਦੁੱਧ ਦਿਨ ਦੇ ਇੱਕ ਮੱਝ ਵੀ ਇਤਿਹਾਸਕਾਰ ਲਿਖਦਾ ਹੈ, ਦੁੱਧ ਦੇ ਅਤੇ ਇੱਕ ਮੈਖੀ ਸਾਥ, ਮੈਖੀ ਮੱਝ ਨੂੰ ਕਿਹਾ ਗਿਆ। ਇਤਿਹਾਸਕਾਰ ਲਿਖਦਾ ਕਿ ਸਤਿਗੁਰਾਂ ਨੇ ਦੁੱਧ ਦੇ ਵਾਸਤੇ ਇੱਕ ਮੱਝ ਵੀ ਸਾਥ ਵਿੱਚ ਰੱਖਣਾ ਹੋਈ ਸੀ। ਤਿਸ ਕੀ ਦਸ਼ਾ ਦੇਖ ਜਗਨਨਾਥ, ਕਿ ਇਸ ਮੱਝ ਵੱਲ ਦੇਖ ਕੇ ਨਾ, ਜਿਹੜਾ ਦੁੱਧ ਦੇਣ ਵਾਸਤੇ ਮੱਝ ਰੱਖੀ ਸੀ ਸਤਿਗੁਰਾਂ ਨੇ, ਇਸ ਮੱਝ ਵੱਲ ਦੇਖ ਕੇ ਅਤੇ ਬਚਨ ਕਰਨਾ ਕੀਤੇ ਹੈ। ਪਾਸ ਦਾਸ ਗਣ 300 ਕਹੋ, ਦਿਵਸ ਦੁਪਹਿਰੇ ਭਇਓ ਹਮਨੋਹੋ, ਨਹੀਂ ਗ੍ਰਾਮ 'ਤੇ ਕੋ ਨਰ ਆਯੂ, ਘਾਸ ਆਦਿ ਕੁਛ ਨੇ ਮੰਗਵਾਯੂ। ਅਤੇ ਇਸ ਮੱਝ ਵੱਲ ਦੇਖ ਕੇ ਸਤਿਗੁਰਾਂ ਨੇ ਆਪਣੇ ਲਾਗੇ ਬੈਠੇ ਆਪਣੇ ਸੇਵਕ ਦੇ ਨਾਲ ਫਿਰ ਬਚਨ ਕੀਤੇ ਹੈ, ਬਚਨ ਕੀਤੇ ਹੈ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਸਿੱਖਾ, ਸਮਝ ਨਹੀਂ ਆਉਂਦੀ ਕਿ ਦੁਪਹਿਰਾ ਹੋ ਗਿਆ, ਦਿਵਸ ਦੁਪਹਿਰਾ ਭਇਓ ਹਮ ਲਹੋ, ਕਿ ਅਸਾਂ ਨੇ ਸਮਝਿਆ ਨਹੀਂ ਕਿ ਸਵੇਰ ਦੇ ਇੱਥੇ ਆਏ ਹਾਂ ਅਤੇ ਦੁਪਹਿਰਾ ਹੋ ਗਿਆ, ਦੁਪਹਿਰ ਦਾ ਸਮਾਂ ਹੋ ਗਿਆ, ਪਰ ਪਿੰਡ ਦੇ ਵਿੱਚੋਂ ਕੋਈ ਮਨੁੱਖ ਆਇਆ ਹੀ ਨਹੀਂ ਆਪਣੇ ਵੱਲ, ਸਵੇਰ ਤੋਂ ਲੈ ਕੇ ਦੁਪਹਿਰ ਦਾ ਸਮਾਂ ਹੋ ਗਿਆ, ਇਤਨਾ ਵੱਡਾ ਪਿੰਡ ਵੱਸਦਾ ਜੋਗਾ, ਪਰ ਕੋਈ ਵੀ ਮਨੁੱਖ ਆਪਣੇ ਪਾਸ ਨਹੀਂ ਆਇਆ, ਅਤੇ ਨਾ ਹੀ ਫਿਰ ਇਸ ਮੱਝ ਦੇ ਖਾਣ ਵਾਸਤੇ ਘਾਹ ਦਾਣਾ ਪੱਠਾ ਮੰਗਵਾਉਣਾ ਕੀਤਾ, ਕਿਉਂਕਿ ਜੇ ਕੋਈ ਮਨੁੱਖ ਆਉਂਦਾ ਪਿੰਡ ਵਿੱਚੋਂ ਤੇ ਤਾਂ ਹੀ ਉਹ ਤੋਂ ਮੰਗਵਾਉਂਦੇ ਨਾ, ਕਿ ਕੋਈ ਵੀ ਆਇਆ ਨਹੀਂ, ਕਿਸੇ ਨੇ ਆ ਕੇ ਖਬਰਸਾਰ ਲੈਣਾ ਨਹੀਂ ਕੀਤੀ, ਅਤੇ ਨਾ ਹੀ ਇਹਦੇ ਵਾਸਤੇ ਕੋਈ ਘਾਹ ਦਾਣਾ ਪੱਠਾ ਲਿਆਉਣਾ ਕੀਤਾ ਹੈ। ਭਾਉ ਨਾ ਕਰੋ ਆਨ ਕਰ ਕਾਹੂ, ਮਾਨਵ ਹੈ ਕਹਿ ਨਹੀਂ ਸਮਾਹੂ, ਪਰੋ ਸੂਨ ਜੈਸੇ ਦ੍ਰਿਸ਼ਟਾਵੇ, ਵੈਰ ਨਹੀਂ ਕਿ ਆਵਤ ਜਾਵੇ। ਕਿ ਕਿਸੇ ਨੇ ਵੀ ਫਕੀਰਾਂ ਨੂੰ ਦੇਖ ਕਰਕੇ ਪ੍ਰੇਮ ਹੀ ਨਹੀਂ ਕੀਤਾ, ਕਿਸੇ ਦੇ ਮਨ ਦੇ ਵਿੱਚ ਦਇਆ ਆਈ ਨਹੀਂ, ਪ੍ਰੇਮ ਆਇਆ ਨਹੀਂ, ਅਤੇ ਨਾ ਹੀ ਆਪਣੇ ਪਾਸ ਉਹਨਾਂ ਨੇ ਆਉਣ ਦੀ
ਲੋੜ ਸਮਝੀ ਹੈ ਕਿ ਕੀ ਇਸ ਮਨੁੱਖ ਦੇ ਇਸ ਪਿੰਡ ਦੇ ਵਿੱਚ ਕੋਈ ਮਨੁੱਖ ਰਹਿੰਦਾ ਵੀ ਹੈ ਕਿ ਨਹੀਂ ਰਹਿੰਦਾ। ਸੋ ਤੇ ਸੁਭਾਅ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਨਾ ਬਚਨ ਛੱਡ ਦਿੱਤੇ, ਕਹਿੰਦੇ ਗੁਰਸਿੱਖਾ ਕੀ ਇਸ ਨਗਰੀ ਦੇ ਵਿੱਚ ਕੋਈ ਬੰਦਾ ਰਹਿੰਦਾ ਵੀ ਹੈ ਕਿ ਨਹੀਂ ਰਹਿੰਦਾ। ਕੋਈ ਵੀ ਇਸ ਨਗਰ ਵਿੱਚੋਂ ਬੰਦਾ ਇਸ ਪਾਸੇ ਵੱਲ ਆਇਆ ਹੀ ਨਹੀਂ ਕਿ ਫਕੀਰ ਆਏ ਨੇ, ਕਿੱਧਰੋਂ ਆਏ ਹੈ, ਕਿੱਧਰ ਜਾਣਾ ਹੈ, ਜਾਂ ਕੋਈ ਸੇਵਾ ਦੀ ਭਾਵਨਾ ਦੇ ਨਾਲ ਆਉਂਦਾ ਹੋਰ ਨਹੀਂ ਤੇ ਆਪਣੀ ਮੱਝ ਵਾਸਤੇ ਘਾਹ ਦਾਣਾ ਪੱਠਾ ਤੇ ਮੰਗਵਾਉਣਾ ਕਰਦੇ ਨਾ, ਜਿਹਦਾ ਦੁੱਧ ਛਕਣਾ, ਪਰ ਕਿਸੇ ਨੇ ਲੋੜ ਨਹੀਂ ਸਮਝੀ ਕਿ ਇਸ ਨਗਰੀ ਵਿੱਚ ਕੋਈ ਬੰਦਾ ਵੱਸਦਾ ਜਾਂ ਨਹੀਂ ਵੱਸਦਾ। ਇੱਦਾਂ ਜਿਵੇਂ ਦਿਖਾਈ ਦਿੰਦਾ ਹੈ, ਜਾਪਦਾ ਕਿ ਸਿੱਖਾ ਸਾਰੇ ਪਿੰਡ ਵਿੱਚ ਸੁੰਨਸਾਨ ਪਈ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਧ ਬਚਨ ਟਲਾਦਾ। ਸੁੱਤੇ ਸੁਭਾਅ ਸਤਿਗੁਰਾਂ ਨੇ ਬਚਨ ਛੱਡ ਦਿੱਤੇ, ਕਹਿੰਦੇ ਸਿੱਖਾ ਇੱਦਾਂ ਜਾਪਦਾ ਕਿ ਜਿਵੇਂ ਇਸ ਪਿੰਡ ਦੇ ਵਿੱਚ ਸੁੰਨ ਪਈ ਹੋਈ ਹੈ, ਕੋਈ ਵੀ ਮਨੁੱਖ ਬਾਹਰ ਆਉਂਦਾ ਜਾਂਦਾ ਵੀ ਦਿਖਾਈ ਨਹੀਂ ਦਿੰਦਾ। ਚਲੋ ਸਾਡੇ ਪਾਸ ਤਾਂ ਨਾ ਆਉਂਦੇ, ਪਰ ਕੋਈ ਤੁਰਦਾ ਫਿਰਦਾ ਵੀ ਦੇਖਿਆ ਨਹੀਂ। ਇਹਦੇ ਤੋਂ ਪਤਾ ਲੱਗਦਾ ਕਿ ਇਸ ਪਿੰਡ ਵਿੱਚ ਕੋਈ ਹੈ ਹੀ ਨਹੀਂ, ਸੁੰਨ ਪੈਣਾ ਕੀਤੀ ਹੈ। ਸਿੱਖਣ ਸੁਣ ਕੇ ਭੇਵ ਨਾ ਜਨਾਇਓ, ਹੈ ਮਜਥਾ ਆਫਰਮਾਯੂ, ਸਭ ਨਰਗੁਣ ਤੇ ਹੀਨ ਦਸਾਵੇ, ਇਸ ਥਲ ਨਿਰਸੁਖ ਸੋ ਨਾ ਬਤਾਵੇ। ਹੁਣ ਸੁੱਖਾ ਨੇ ਨਾ ਸੁਣ ਕੇ ਫਿਰ ਦੱਸਣਾ ਕੀਤਾ, ਜਦੋਂ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਦੇ ਨਾਲ ਇਹ ਬਚਨ ਸਾਂਝੇ ਕੀਤੇ ਨਾ, ਅਤੇ ਸੁਣ ਕਰਕੇ ਸਿੱਖਾਂ ਨੇ ਫਿਰ ਇਹ ਭੇਦ ਦੱਸਣਾ ਕੀਤਾ। ਕਹਿਣ ਲੱਗੇ ਸਤਿਗੁਰੂ ਜੀ, ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਫਰਮਾਣਾ ਕੀਤਾ। ਇਹ ਤਾਂ ਕਹਿ ਲਓ ਕਿ ਸਿੱਖਾਂ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ। ਕਹਿਣ ਲੱਗੇ ਹਾਂ ਸਤਿਗੁਰੂ ਜੀ, ਜਿੱਦਾਂ ਤੁਸੀਂ ਕਿਹਾ ਹੈ ਨਾ, ਜਿੱਦਾਂ ਤੁਸੀਂ ਫਰਮਾਣਾ ਕੀਤਾ ਜਾਪਦਾ ਉਸੇ ਤਰ੍ਹਾਂ ਹੀ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਮਨੁੱਖ ਰਹਿਣਾ ਨਹੀਂ ਕਰਦਾ। ਸਾਰੇ ਜਿਤਨੇ ਵੀ ਇੱਥੋਂ ਦੇ ਵਸਨੀਕ ਨੇ ਉਹ ਗੁਣਾਂ ਤੋਂ ਹੀਣੇ ਹੈ, ਉਹਨਾਂ ਦੇ ਹਿਰਦੇ ਵਿੱਚ ਕੋਈ ਵੀ ਗੁਣ ਨਹੀਂ ਦਿਸਦਾ। ਇਸ ਸਥਾਨ 'ਤੇ ਰਾਤ ਜਿਹੜੀ ਨਾ ਉਹ ਸਤਿਗੁਰੂ ਜੀ ਜਾਪਦਾ ਕਿ ਸੁੱਖ ਨਾਲ ਬਤੀਤ ਨਹੀਂ ਕਰਾਂਗੇ, ਕਿ ਜਿਹੜਾ ਇੱਥੋਂ ਦਾ ਕੋਈ ਮਨੁੱਖ ਆਇਆ ਹੀ ਨਹੀਂ, ਤੁਰਦਾ ਫਿਰਦਾ ਦੇਖਿਆ ਹੀ ਨਹੀਂ, ਅਤੇ ਫਿਰ ਇੱਥੇ ਰਾਤ ਰਹਿ ਕੇ ਕੀ ਕਰਨਾ, ਇੱਥੇ ਸੁੱਖ ਨਾਲ ਬਤੀਤ ਨਹੀਂ ਹੋਵੇਗੀ। ਇਹਦੇ ਨਾਲ ਉਹ ਚੰਗੀ ਗੱਲ ਹੈ ਕਿ ਸਤਿਗੁਰੂ ਜੀ ਆਪਾਂ ਨੂੰ ਅੱਗੇ ਕਿਸੇ ਪਾਸੇ ਚਲਿਆ ਜਾਣਾ ਚਾਹੀਦਾ। ਸਿੱਖ ਕਹਿੰਦੇ ਸਤਿਗੁਰੂ ਜੀ, ਜੋ ਤੁਸੀਂ ਕਿਹਾ ਨਾ ਹੈ ਉਦਾਂ ਹੀ, ਇਹ ਗੁਣਾਂ ਤੋਂ ਹੀਣੇ ਲੋਕ ਨੇ, ਇਹਨਾਂ ਨੂੰ ਅਕਲ ਨਹੀਂ, ਇਹਨਾਂ ਨੂੰ ਸੋਝੀ ਨਹੀਂ, ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਤੋਂ ਬੜੇ ਦੂਰ ਹੈ, ਬੜੇ ਦੂਰ ਹੈ, ਇਸ ਵਾਸਤੇ ਇੱਥੇ ਰਾਤ ਰਹਿਣਾ ਠੀਕ ਨਹੀਂ, ਜੇ ਰਵਾਂਗੇ ਤਾਂ ਸੁੱਖ ਨਾਲ ਬਤੀਤ ਨਹੀਂ ਹੋਣੀ। ਸੁਣਤ ਸਤਿਗੁਰੂ ਕੂਚ ਬਕਰਾਯੋ, ਗਮਨੇ ਮਾਰਗ ਸਿੱਖ ਸਮੁਦਾਇਓ, ਜਿਸਨੇ ਜੋਗਾ ਕਰੋ ਬਸਾਵਨ, ਸੋ ਜੁਗ ਰਾਜ ਹੁਤੋ ਤਿਸ ਥਾਵਨ। ਹੁਣ ਜਦੋਂ ਸਤਿਗੁਰਾਂ ਨੇ ਸਿੱਖਾਂ ਨੇ ਬਚਨ ਕੀਤੇ ਨਾ, ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਚਲੋ ਫਿਰ ਸਿੱਖੋ, ਜੇ ਤੁਸੀਂ ਇੱਦਾਂ ਕਹਿੰਦੇ ਹੋ ਨਾ ਕਿ ਰਾਤ ਇੱਥੇ ਸੁੱਖ ਨਾਲ ਬਤੀਤ ਨਹੀਂ ਹੋਣੀ, ਤਾਂ ਚੁੱਕੋ ਡੇਰਾ
ਆਪਾਂ ਇੱਥੋਂ ਕੂਚ ਕਰਨਾ ਕਰੀਏ, ਅੱਗੇ ਨੂੰ ਕਿਸੇ ਪਿੰਡ ਵਿੱਚ ਚੱਲਦੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਸਿੱਖੋ ਜੇ ਤੁਹਾਡੇ ਵਿਚਾਰ ਨੇ ਨਾ ਇਹ, ਤਾਂ ਚਲੋ ਫਿਰ ਡੇਰਾ ਇੱਥੋਂ ਚੁੱਕਣਾ ਕਰੋ। ਡੇਰਾ ਚੁੱਕ ਕੇ ਅਤੇ ਹੁਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਅੱਗੇ ਅੱਗੇ ਅਗਲੇ ਪਿੰਡ ਦਾ ਰਸਤਾ ਮੰਨ ਲਿਆ ਅਤੇ ਸਿੱਖ ਪਿੱਛੇ ਪਿੱਛੇ ਹੈ। ਜਿਸ ਵਿਅਕਤੀ ਨੇ ਇਹ ਜੋਗਾ ਪਿੰਡ ਵਸਾਇਆ ਸੀ ਨਾ, ਜਿਸ ਨੇ ਜੋਗਾ ਕਰੋ ਵਸਾਵਨ ਸੋ ਜੁਗ ਰਾਜ ਹੁਤੋ ਤੇ ਸਥਾਵਨ, ਕਿ ਉਹ ਜੋਗੇ ਪਿੰਡ ਦਾ ਮਾਲਕ ਉਸ ਵਕਤ ਇਸ ਨਗਰੀ ਵਿੱਚ ਮੌਜੂਦ ਨਹੀਂ ਸੀ, ਜਾਂ ਇੱਦਾਂ ਕਹਿ ਲਓ ਕਿ ਕਿਤੇ ਗਿਆ ਹੋਇਆ ਸੀ। ਜਿਹਨੇ ਇਹ ਨਗਰੀ ਵਸਾਉਣਾ ਕੀਤੀ ਸੀ ਉਹ ਇੱਥੇ ਹੈ ਨਹੀਂ ਸੀ, ਬਾਹਰ ਗਿਆ ਹੋਇਆ ਸੀ। ਜਿਸ ਨੇ ਇਹ ਨਗਰੀ ਵਸਾਉਣਾ ਕੀਤੀ ਹੈ, ਤਿਸ ਕੋ ਪਿਤਾ ਮਿਲੋ ਜਗ ਮਾਹੀ, ਗੁਰਪਦ ਪੰਕਜ ਬੰਦੇ ਤਾਹੀ, ਕਹੋ ਬਾਕਤਨ ਦੇਖ ਸਮਾਜ, ਰਲੀਏ ਉਤਰੋ ਗੁਰ ਮਹਿਰਾਜ। ਕਿ ਉਸ ਦਾ ਪਿਤਾ ਨਾ ਅੱਗੋਂ ਸਤਿਗੁਰਾਂ ਨੂੰ ਰਸਤੇ ਵਿੱਚ ਮਿਲ ਪਿਆ। ਜਿਸ ਬੰਦੇ ਨੇ, ਜਿਸ ਮਨੁੱਖ ਨੇ ਇਹ ਪਿੰਡ ਵਸਾਇਆ ਸੀ, ਪਰ ਅੱਜ ਹਾਲ ਦੀ ਘੜੀ ਉਹ ਇੱਥੇ ਹੈ ਨਹੀਂ, ਬਾਹਰ ਗਿਆ ਹੋਇਆ, ਪਰ ਜਿਸ ਰਸਤੇ ਸਤਿਗੁਰੂ ਜੀ ਜਾ ਰਹੇ ਸੀ ਉਸ ਰਸਤੇ ਉਹਦਾ ਪਿਤਾ ਸਤਿਗੁਰਾਂ ਨੂੰ ਮਿਲਿਆ ਅਤੇ ਉਸਨੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਨਾ ਕੀਤੀ ਹੈ, ਨਮਸਕਾਰ ਕਰਨਾ ਕੀਤੀ ਹੈ। ਕਹੋ ਬਾਕਤਨ ਦੇਖ ਸਮਾਜ, ਕਿ ਸਾਰੇ ਸਾਜੋ ਸਮਾਨ ਨੂੰ ਦੇਖ ਕੇ ਨਾ ਉਸਨੇ ਫਿਰ ਕਹਿਣਾ ਕੀਤਾ, ਇਹ ਨਗਰ ਵਸਾਉਣ ਵਾਲੇ ਦੇ ਪਿਤਾ ਨੇ ਨਮਸਕਾਰ ਕੀਤੀ ਅਤੇ ਸਤਿਗੁਰਾਂ ਦੇ ਪਾਸ ਜਿਤਨਾ ਵੀ ਸਾਜੋ ਸਮਾਨ ਸੀ ਨਾ ਉਹਨੂੰ ਦੇਖ ਕਰਕੇ ਫਿਰ ਸਤਿਗੁਰਾਂ ਦੇ ਨਾਲ ਉਸਨੇ ਬਚਨ ਕੀਤੇ, ਰਲੀਏ ਉਤਰੋ ਗੁਰ ਮਹਾਰਾਜ। ਕਹਿਣ ਲੱਗਾ, ਹੇ ਗੁਰੂ ਮਹਾਰਾਜ ਜੀ, ਇੱਦਾਂ ਕਰੋ ਕਿ ਤੁਸੀਂ ਹੁਣ ਰਲੀਏ ਪਿੰਡ ਦੇ ਵਿੱਚ ਉਤਾਰਾ ਕਰੋ, ਰਲੀਏ ਪਿੰਡ ਦੇ ਵਿੱਚ ਉਤਾਰਾ ਕਰੋ, ਉੱਥੇ ਜਾ ਕਰਕੇ ਨਾ ਠਹਿਰ ਨਾ ਕਰੋ ਜੀ। ਡੇਰਾ ਕਰੋ ਸਕਲ ਸੁਖ ਪਾਵੋ, ਬਸੋ ਨਿਸਾ ਪੁਨ ਕੂਚ ਕਰਾਵੋ, ਸੁਣ ਸਤਿਗੁਰ ਸ੍ਰੀ ਮੁਖ ਫਰਮਾਏ, ਨਏ ਅਬ ਰਲੀਏ ਉਤਰੇ ਜਾਏ। ਕਿ ਸਤਿਗੁਰੂ ਜੀ ਰਲੀਏ ਪਿੰਡ ਦੇ ਵਿੱਚ ਡੇਰਾ ਕਰਕੇ ਅਤੇ ਉੱਥੇ ਸੁਖ ਲੈਣਾ ਕਰੋ, ਆਨੰਦ ਲੈਣਾ ਕਰੋ, ਰਾਤ ਨੂੰ ਉੱਥੇ ਠਹਿਰਨਾ ਕਰੋ ਅਤੇ ਅਗਲੇ ਸਵੇਰ ਫਿਰ ਅੱਗੇ ਕੂਚ ਕਰ ਜਿਓ। ਹੁਣ ਇਹ ਪਿੰਡ ਵਸਾਉਣ ਵਾਲੇ ਦੇ ਪਿਤਾ ਨੇ ਸਤਿਗੁਰਾਂ ਦੇ ਨਾਲ ਇਹ ਗੱਲ ਸਾਂਝੀ ਕੀਤੀ, ਜਾਂ ਇੱਦਾਂ ਕਹਿ ਲਓ ਸਲਾਹ ਦੇਣਾ ਕੀਤੀ ਕਿ ਰਲੀਏ ਪਿੰਡ ਵਿੱਚ ਠਹਿਰ ਕੇ ਰਾਤ ਬਿਤਾਉਣਾ ਕਰੋ, ਅਗਲੇ ਦਿਨ ਤੁਸੀਂ ਅੱਗੇ ਨੂੰ ਕੂਚ ਕਰ ਜਿਓ। ਪਰ ਸਤਿਗੁਰਾਂ ਨੇ ਨਾ ਸੁਣ ਸਤਿਗੁਰ ਸ੍ਰੀ ਮੁਖ ਪਰਮਾਏ, ਕਿ ਇਸ ਮਨੁੱਖ ਨੇ ਇਹ ਗੱਲ ਸੁਣ ਕਰਕੇ ਅਤੇ ਸਤਿਗੁਰਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਵਿੱਚੋਂ ਫਰਮਾਣਾ ਕੀਤਾ, ਨਏ ਅਬ ਰਲੀਏ ਉਤਰੇ ਜਾਏ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਨਹੀਂ ਭਾਈ, ਅਸੀਂ ਹੁਣ ਰਲੀਏ ਵਿੱਚ ਉਤਾਰਾ ਨਹੀਂ ਕਰਾਂਗੇ, ਅਸੀਂ ਤਾਂ ਅੱਗੇ ਨੂੰ ਹੀ ਜਾਵਾਂਗੇ। ਜਿਸ ਪਾਸੇ ਪਰਮੇਸ਼ਰ ਲੈ ਕਰਕੇ ਜਾਏਗਾ ਨਾ ਉਸ ਪਾਸੇ ਜਾਣਾ ਕਰਾਂਗੇ, ਪਰ ਅਸੀਂ ਹੁਣ ਤੇਰੇ ਰਲੀਏ ਦੇ ਵਿੱਚ ਵੀ ਉਤਾਰਾ ਨਹੀਂ ਕਰਨਾ। ਡੇਰਾ ਕਰੇ ਗਰਾਮ ਭੁਪਾਲ, ਜਾਮਣ ਤਾਂ ਬਤਾਵੇ ਚਾਲ, ਤੂੰ ਜੋਗੇ ਨੂੰ ਅਦਕ ਵਸਾਓ, ਥਲ ਅਜੀਤ ਤੈ ਕੋ ਲਖ ਪਾਓ। ਕਿ ਅਸੀਂ ਤਾਂ ਹੁਣ ਭੁਪਾਲ ਪਿੰਡ ਵਿੱਚ ਜਾ ਕੇ ਡੇਰਾ ਕਰਾਂਗੇ, ਨਾ ਤੇਰੇ ਪਿੰਡ ਵਿੱਚ ਰਹਿ ਅਤੇ ਨਾ ਰਲੀਏ ਰਹਿਣਾ,
ਅਸੀਂ ਤਾਂ ਹੁਣ ਭੋਪਾਲ ਦੇ ਵਿੱਚ ਜਾ ਕਰਕੇ ਡੇਰਾ ਕਰਾਂਗੇ ਅਤੇ ਚੱਲ ਕਰਕੇ ਉੱਥੇ ਆਰਾਮ ਦੇ ਨਾਲ ਰਾਤ ਬਤੀਤ ਕਰਾਂਗੇ। ਤੂੰ ਜੋਗੇ ਨੂੰ ਅਦਕ ਵਸਾਓ, ਥਲ ਅਜੀਤੈ ਕੋਲਕ ਪਾਓ, ਕਿ ਤੁਸਾਂ ਨੇ ਜੋਗੇ ਪਿੰਡ ਨੂੰ ਵਸਾਇਆ ਹੈ ਅਤੇ ਉਸ ਥਾਂ ਨੂੰ ਤੁਸੀਂ ਅਜਿੱਤ ਸਮਝਦੇ ਹੋ, ਕਹਿਣ ਦਾ ਭਾਵ ਕਿ ਵੱਡੀ ਸਮਝਦੇ ਹੋ, ਜੋਗੇ ਨੂੰ ਵਸਾ ਕੇ ਅਤੇ ਉਹਦਾ ਮਾਣ ਕਰਦੇ ਹੋ ਕਿ ਅਸਾਂ ਨੇ ਉਹ ਪਿੰਡ ਵਸਾਉਣਾ ਕੀਤਾ ਹੈ ਅਤੇ ਉਹਨੂੰ ਕੋਈ ਜਿੱਤ ਹੀ ਨਹੀਂ ਸਕਦਾ। ਮਨ ਦੇ ਵਿੱਚ ਹੰਕਾਰ ਹੈ ਤੁਹਾਡੇ। ਇਮਕੈ ਉਤਰੇ ਜਾਏ ਭੁਪਾਲੀ, ਨਿਸਾ ਬਤਾਵਨ ਕੀਨ ਸੁਖਾਲੀ, ਖਾਨ ਪਾਨ ਕਰ ਸਭ ਦੇ ਆਛੇ, ਭਈ ਪ੍ਰਭਾਤ ਗਮਨ ਗੁਰਬਾਂਸ਼ੇ। ਇਤਨਾ ਹੀ ਬਚਨ ਕਹਿ ਕੇ ਨਾ ਸਤਿਗੁਰੂ ਜੀ, ਅਤੇ ਅੱਗੇ ਭੋਪਾਲ ਪਿੰਡ ਵਿੱਚ ਜਾ ਕੇ ਸਤਿਗੁਰਾਂ ਨੇ ਉਤਾਰਾ ਕੀਤਾ। ਭੋਪਾਲ ਪਿੰਡ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਫਿਰ ਜਾ ਕੇ ਉਤਾਰਾ ਕਰਨਾ ਕੀਤਾ। ਬੜੇ ਆਰਾਮ ਦੇ ਨਾਲ ਭੋਪਾਲ ਨਗਰ ਦੇ ਵਿੱਚ ਸਤਿਗੁਰਾਂ ਨੇ ਰਾਤ ਬਤੀਤ ਕਰਨਾ ਕੀਤੀ ਹੈ। ਬੜੇ ਆਰਾਮ ਦੇ ਨਾਲ ਇੱਥੇ ਰਾਤ ਬਤੀਤ ਕੀਤੀ, ਬਹੁਤ ਸੋਹਣੇ ਢੰਗ ਦੇ ਨਾਲ ਲੰਗਰ ਪ੍ਰਸ਼ਾਦਾ ਫਿਰ ਇੱਥੇ ਛਕਣਾ ਕੀਤਾ। ਬੜੇ ਸੋਹਣੇ ਢੰਗ ਦੇ ਨਾਲ ਖਾਣ ਪਾਣ ਕਰ ਸਭ ਵਿਦ ਆਛੇ, ਕਿ ਬੜੇ ਸੋਹਣੇ ਢੰਗ ਦੇ ਨਾਲ ਇੱਥੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ। ਭਈ ਪ੍ਰਭਾਤ ਗਮਨ ਗੁਰਬਾਂਸ਼ੇ, ਸਵੇਰ ਹੋਈ ਅਤੇ ਹੁਣ ਸਤਿਗੁਰੂ ਜੀ ਮਹਾਰਾਜ ਅੱਗੇ ਨੂੰ ਜਾਣਾ ਚਾਹੁੰਦੇ ਹੈ। ਬਹੁਤਾ ਸਮਾਂ ਇੱਥੇ ਵੀ ਨਹੀਂ ਠਹਿਰਨਾ ਚਾਹੁੰਦੇ, ਕਿਉਂਕਿ ਜਿਤਨਾ ਜਿਤਨਾ ਕਿਸੇ ਨੇ ਪਿਆਰ ਜਿਤਾਉਣਾ ਕੀਤਾ, ਸਤਿਕਾਰ ਦੇਣਾ ਕੀਤਾ, ਉਤਨਾ ਉਤਨਾ ਸਮਾਂ ਸਤਿਗੁਰਾਂ ਨੇ ਫਿਰ ਉੱਥੇ ਬਤੀਤ ਕੀਤਾ। ਜਿਨ੍ਹਾਂ ਨੇ ਇਸ ਮਹਿਮਾ ਨੂੰ ਨਾ ਜਾਣਿਆ ਉਹ ਵਾਂਝੇ ਰਹਿ ਗਏ, ਜਿਨ੍ਹਾਂ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ ਉਹਨਾਂ ਨੇ ਵੱਡੇ ਫਲ ਦੀ ਪ੍ਰਾਪਤੀ ਕਰਨਾ ਕੀਤੀ ਹੈ। ਦੋਹਰਾ ਕੂਚ ਭੋਪਾਲਾਂ 'ਤੇ ਕਰੋ ਤੇਗ ਬਹਾਦਰ ਰਾਏ, ਆਇਓ ਖੀਵਾ ਗ੍ਰਾਮ ਪੁਨ ਉਤਰੇ ਸਹਿਜ ਸੁਭਾਏ, ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਗਲੀ ਸਵੇਰ ਹੋਣ 'ਤੇ ਭੋਪਾਲ ਤੋਂ ਵੀ ਕੂਚ ਕੀਤਾ, ਡੇਰਾ ਅੱਗੇ ਨੂੰ ਕੂਚ ਕਰ ਲਿਆ ਅਤੇ ਚੱਲਦਿਆਂ ਚੱਲਦਿਆਂ ਰਾਹ ਦੇ ਵਿੱਚ ਖੀਵਾ ਪਿੰਡ ਆਉਣਾ ਕੀਤਾ। ਗੁਰੂ ਪਿਆਰ ਵਾਲੇ ਇੱਧਰ ਆਪਣੇ ਬੁਢਲਾਡੇ ਇਲਾਕੇ ਵਿੱਚ, ਏਰੀਏ ਵਿੱਚ ਕਹਿ ਲਓ, ਸਤਿਗੁਰੂ ਜੀ ਮਹਾਰਾਜ ਚੱਲਦੇ ਚੱਲਦੇ ਇੱਧਰ ਨੂੰ ਆ ਰਹੇ ਹੈ। ਚੱਲਦਿਆਂ ਹੁਣ ਭੋਪਾਲ ਤੋਂ ਅਤੇ ਰਸਤੇ ਵਿੱਚ ਖੀਵਾ ਪਿੰਡ ਆਉਣਾ ਕੀਤਾ ਅਤੇ ਸਤਿਗੁਰਾਂ ਨੇ ਸੁੱਤੇ ਸੁਭਾਅ ਹੀ ਫਿਰ ਖੀਵੇ ਪਿੰਡ ਦੇ ਵਿੱਚ ਵੀ ਉਤਾਰਾ ਕਰ ਲਿਆ। ਰੁਕੇ ਸਤਿਗੁਰੂ ਜੀ ਮਹਾਰਾਜ ਇੱਥੇ ਅਤੇ ਕਹਿ ਲਓ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਆਪਣੀਆਂ ਰਹਿਮਤਾਂ ਵਰਤਾਉਣਾ ਚਾਹੁੰਦੇ ਸੀ। ਖੀਵਾ ਨਗਰੀ ਵਿਖੇ ਚੌਪਈ ਗ੍ਰਾਮ ਬਸਾਲ ਬਸਤ ਸੋ ਐਹੇ, ਸਿੰਘਾ ਰਾਹ ਕੇ ਇੱਕ ਤੈ ਰਹੇ, ਸਹਿਜ ਸੁਭਾਇਕ ਸੋ ਚੱਲ ਆਵੇ, ਦੋ ਤਰੇ ਘਟਕਾ ਬੈਠ ਸਦਾਵੇ। ਕਿ ਇਹ ਪਿੰਡ ਉਸ ਵਕਤ ਬੜਾ ਵੱਡਾ ਵੱਸਦਾ ਸੀ, ਖੀਵਾ ਪਿੰਡ ਵੱਡੀ ਗਿਣਤੀ ਵਿੱਚ ਵੱਸਦਾ ਸੀ। ਉੱਥੇ ਇੱਕ ਸਿੰਘਾ ਨਾਮੀ ਕਿਸਾਨ ਰਹਿੰਦਾ, ਖੀਵੇ ਪਿੰਡ ਦਾ ਸਿੰਘਾ ਨਾਮੀ ਕਿਸਾਨ ਹੈ, ਜ਼ਿਮੀਦਾਰ ਬੰਦਾ ਹੈ, ਇੱਦਾਂ ਕਹਿ ਲਓ ਕਿ ਬੜਾ ਇਹ ਪਿੰਡ ਦੇ ਵਿੱਚ ਮਸ਼ਹੂਰ ਹੈ। ਸੁੱਤੇ ਸੁਭਾਅ ਉਹ ਚੱਲ ਕੇ ਆਉਂਦਾ ਸੀ ਅਤੇ ਦੋ ਤਿੰਨ ਘੜੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕਰਕੇ ਅਤੇ ਚਲਿਆ ਜਾਂਦਾ ਸੀ।
ਆਪਣੇ ਸੁਭਾਅ ਮੁਤਾਬਕ ਆਉਂਦਾ ਸੀ ਸਤਿਗੁਰਾਂ ਦੇ ਚਰਨਾਂ ਵਿੱਚ ਦਰਸ਼ਨਦਾਰੇ ਕਰਨ ਵਾਸਤੇ, ਦੋ ਤਿੰਨ ਘੜੀਆਂ ਬੈਠ ਕਰਕੇ ਅਤੇ ਫਿਰ ਦੋਏ ਤ੍ਰੈ ਘਟਕਾ ਬੈਠ ਸਧਾਵੈ, ਦੋ ਤਿੰਨ ਘੜੀਆਂ ਬੈਠ ਕੇ ਅਤੇ ਫਿਰ ਇਹ ਸਿੰਘਾ ਨਾਮੀ ਕਿਸਾਨ ਚਲਿਆ ਜਾਂਦਾ ਸੀ। ਇੱਕ ਦਿਨ ਵਾਹ ਬੈਠੋ ਜਬ ਆਈ, ਤੁਰਤ ਚਲੋ ਉੱਠ ਕੈ ਪਿਛਵਾਈ, ਬੋਝੋ ਗੁਰ ਕਿਉਂ ਤੁਰਤ ਸੁਧਾਰਾ, ਕਾਜ ਕੌਣ ਇਸ ਭੌਣ ਮਜਾਰਾ। ਕਿ ਇੱਕ ਦਿਨ ਜਦੋਂ ਇਹ ਆਇਆ ਸਿੰਘਾ ਨਾਮੀ ਕਿਸਾਨ, ਦਰਸ਼ਨ ਕਰਕੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ, ਅਤੇ ਜਦੋਂ ਹੁਣ ਉੱਠ ਕੇ ਇਹ ਜਾਣ ਲੱਗਾ ਨਾ, ਜਾਣ ਲੱਗਾ ਸਿੰਘਾ, ਅਤੇ ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗਾ, ਭਾਈ ਬੜੀ ਛੇਤੀ ਉੱਠ ਕੇ ਚਲੇ ਚੱਲਿਓ, ਘਰ ਦੇ ਵਿੱਚ ਕੈਸਾ ਕੋਈ ਕੰਮ ਹੈ ਕਾਹਲੀ ਵਾਲਾ, ਜਿਹੜਾ ਕਿ ਬਹੁਤੀ ਕਾਹਲੀ ਦੇ ਨਾਲ ਵਾਪਸ ਤੁਰ ਚੱਲੇ ਹੋ। ਸਿੰਘਾ ਕਹੇ ਨਾ ਕਾਰਜ ਕੋਈ, ਏਕੇ ਸਦਨ ਸਗਾਈ ਹੋਈ, ਬਾਂਟ ਤਹਿ ਸਭ ਕੋ ਮਿਸ਼ਟਾਨ, ਭਏ ਲੋਕ ਇਕੱਠੇ ਤਿਸ ਸਥਾਨ। ਸਿੰਘਾ ਕਹਿਣ ਲੱਗਾ, ਸਤਿਗੁਰੂ ਜੀ ਕੰਮ ਤਾਂ ਮੈਨੂੰ ਘਰੇ ਕੋਈ ਨਹੀਂ, ਕੋਈ ਕੰਮ ਨਹੀਂ, ਪਰ ਮੇਰੇ ਨਗਰ ਦੇ ਵਿੱਚ ਕਿਸੇ ਦੇ ਘਰ ਬੱਚੇ ਦੀ ਕੁੜਮਾਈ ਹੈ, ਸਗਾਈ ਹੈ, ਅਤੇ ਉੱਥੇ ਜਿਹੜਾ ਮਿੱਠਾ ਪ੍ਰਸ਼ਾਦ ਵਰਤਾਉਂਦੇ ਆ ਨਾ, ਉਹ ਮੇਰੀ ਡਿਊਟੀ ਹੈ, ਮੈਂ ਵਰਤਾਉਂਦਾ, ਕੜਮਾਈ ਹੈ ਅਤੇ ਕੜਮਾਈ ਦੇ ਵਿੱਚ ਜਿਹੜਾ ਮਿੱਠਾ ਪ੍ਰਸ਼ਾਦ ਵੰਡਦੇ ਨਾ, ਉਹ ਮੈਂ ਵੰਡਦਾ, ਕਿਉਂਕਿ ਇਸ ਵਕਤ ਕੁੜਮਾਈ ਵਾਲਿਆਂ ਦੇ ਘਰ ਸ਼ਰੀਕੇ ਬਲਾਦਰੀ ਵਾਲੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆ, ਅਤੇ ਜੇ ਮੈਂ ਗਿਆ ਨਾ ਤਾਂ ਉਹ ਮੈਨੂੰ ਉਡੀਕੀ ਜਾਣਗੇ ਕਿ ਅੱਜ ਬਈ ਸਿੰਘਾ ਆਇਆ ਹੀ ਨਹੀਂ, ਹੁਣ ਕੌਣ ਪ੍ਰਸ਼ਾਦ ਵਰਤਾਵੇ, ਮੇਰੀ ਡਿਊਟੀ ਹੈ ਸਤਿਗੁਰੂ ਜੀ, ਇਸੇ ਕਰਕੇ ਮੈਂ ਜਾਣਾ ਚਾਹੁੰਦਾ। ਤਾਂ ਜਾਏ ਕਹਿ ਨਿਚ ਬਰਤਾਰਾ, ਲੈ ਆਵੋ ਇਸ ਹੇਤ ਸਧਾਰਾ, ਸੁਣ ਸਤਿਗੁਰ ਬੋਲੇ ਕਰ ਕਰਨਾ, ਆਪ ਤੇ ਕਵੇ ਜਾਓ ਕਿਸ ਘਰਨਾ। ਕਿ ਉੱਥੇ ਜਾ ਕੇ ਜਿੱਥੇ ਮੈਂ ਸਾਰਿਆਂ ਨੂੰ ਇਹ ਮਿੱਠਾ ਪ੍ਰਸ਼ਾਦ ਵਰਤਾਵਾਂਗਾ, ਕੁਝ ਆਪਣੇ ਘਰ ਵਿੱਚ ਵੀ ਲੈ ਕੇ ਆਵਾਂਗਾ, ਫਿਰ ਉਹ ਘਰ ਵਾਲੇ ਮੈਨੂੰ ਵੀ ਦੇਣਗੇ, ਅਤੇ ਸਤਿਗੁਰੂ ਜੀ ਮੈਂ ਲੈ ਕੇ ਆਪਣੇ ਬੱਚਿਆਂ ਵਾਸਤੇ ਘਰੇ ਆਵਾਂਗਾ, ਆਪਣੇ ਬੱਚਿਆਂ ਨੂੰ ਛਕਾਣਾ ਕਰਾਂਗਾ। ਹੁਣ ਜਦੋਂ ਸਿੰਘੇ ਨੇ ਇੱਦਾਂ ਕਿਹਾ ਨਾ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੱਸ ਪਏ, ਹੱਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਸੁਣ ਸਤਿਗੁਰ ਬੋਲੇ ਕਰ ਕਰਨਾ, ਆਪ ਤੇ ਕਵੀ ਜਾਓ ਕਿਸ ਕਰਨਾ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਸਿੰਘਾ ਜੀ, ਤੁਸੀਂ ਬੈਠੋ, ਅੱਜ ਤੋਂ ਤੁਸੀਂ ਕਿਸੇ ਦੇ ਘਰ ਨਾ ਜਾਵੋ, ਆਪਣੇ ਘਰ ਦੇ ਵਿੱਚ ਆਰਾਮ ਦੇ ਨਾਲ ਬੈਠਣਾ ਕਰੋ, ਤੁਸੀਂ ਆਪਣੇ ਘਰ ਦੇ ਨਾਲ ਆਰਾਮ ਦੇ ਨਾਲ ਬੈਠਣਾ ਕਰੋ, ਕਿ ਇਸ ਤੋਂ ਬਾਅਦ ਆਪਣੇ ਆਪ ਹੀ ਖੀਵੇ ਪਿੰਡ ਵਾਲੇ ਤੁਹਾਡੇ ਘਰ ਦੇ ਵਿੱਚ ਦੋ ਵਰਤਾਰੇ ਤੁਹਾਡੇ ਦੇਖ ਕੇ ਜਾਇਆ ਕਰਨਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਨਾ ਕਿਰਪਾ ਕਰ ਦਿੱਤੀ ਸਿੰਘੇ ਉੱਤੇ, ਕਹਿਣ ਲੱਗੇ, ਸਿੰਘਿਆ ਅੱਜ ਤੋਂ ਬਾਅਦ ਤੂੰ ਕਿਸੇ ਦੇ ਘਰ ਇਹ ਪ੍ਰਸ਼ਾਦ ਮਿੱਠਾ ਨਹੀਂ ਵਰਤਾਉਣ ਜਾਣਾ, ਜੋ ਵੀ ਕੜਮਾਈ ਤੇ ਤੁਸੀਂ ਵਰਤਾਉਂਦੇ ਹੋ, ਆਪਣੇ ਘਰ ਦੇ ਵਿੱਚ ਆਰਾਮ ਦੇ ਨਾਲ ਬੈਠਿਆ ਕਰ, ਕਿ ਦੋ ਵਰਤਾਰੇ ਆਪਣੇ ਆਪ ਹੀ ਤੇਰੇ ਘਰ ਉਹ ਪਹੁੰਚਦੇ ਕਰਦਿਆ ਕਰਨਗੇ। ਹੁਣ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਬਚਨ ਕੀਤਾ, ਅਤੇ ਇਹ ਸੁਣ ਕਰਕੇ ਇਸ ਕਿਸਾਨ ਸਿੰਘੇ ਨੇ ਸਤਿਗੁਰਾਂ ਦਾ ਬਚਨ ਕਮਾਉਣਾ ਕੀਤਾ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਦਰਗੇ ਕਾ ਮਹਿਲ ਪਾਏ ਸੀ।
ਗੁਰੂ ਪਿਆਰ ਵਾਲਿਓ, ਜਿਹੜੇ ਗੁਰੂ ਕੇ ਘਰ ਦਾ ਹੁਕਮ ਮੰਨਦੇ ਆ ਨਾ, ਉਹਨਾਂ ਉੱਤੇ ਇਸ ਘਰ ਦੀ ਬੜੀ ਵੱਡੀ ਰਹਿਮਤ ਹੁੰਦੀ ਹੈ, ਜਿਹੜੇ ਹੁਕਮ ਮੰਨ ਕੇ ਚੱਲਦੇ ਹੈ। ਇਸ ਸਿੰਘੇ ਕਿਸਾਨ ਨੇ ਸਤਿਗੁਰਾਂ ਦੇ ਬਚਨ ਦੇ ਸਿਰਕ ਨੂੰ ਕਮਾਣਾ ਕੀਤਾ ਅਤੇ ਸਤਿਗੁਰੂ ਜੀ ਮਹਾਰਾਜ ਦੇ ਪਾਸ ਹੀ ਬੈਠ ਗਿਆ, ਗਿਆ ਨਹੀਂ, ਨਾ ਘਰ ਗਿਆ ਨਾ ਉਸ ਪਾਸੇ ਕੜਮਾਈ ਵਾਲਿਆਂ ਦੇ ਘਰ ਗਿਆ, ਸਤਿਗੁਰਾਂ ਦੇ ਚਰਨਾਂ ਵਿੱਚ ਹੀ ਬੈਠ ਗਿਆ। ਕਹਿਤ ਪਇਓ ਤੁਮ ਪੁਰਖ ਵਡੇਰੇ, ਹਮਸੇ ਤੁਮ ਚੇਰਨ ਕੇ ਚੇਰੇ, ਬਾਕ ਉਚਾਰਨ ਕਰ ਹੋ ਜਥਾ, ਤਾਤਕਾਲ ਪੁਰ ਹੋਵੈ ਤਥਾ। ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਮਹਾਨ ਪੁਰਖ ਜੇ, ਸਾਡੇ ਵਰਗੇ ਤੁਹਾਡੇ ਚੇਲਿਆਂ ਦੇ ਚੇਲੇ ਹੈ, ਮੈਂ ਤੇ ਤੁਹਾਡੇ ਚੇਲਿਆਂ ਦਾ ਚੇਲਾ ਹਾਂ, ਅਤੇ ਆਪ ਜੀ ਦੇ ਜਿਵੇਂ ਵੀ ਬਚਨ ਹੋਣਗੇ ਨਾ, ਜੋ ਤੁਹਾਡੇ ਮੁੱਖ ਵਿੱਚੋਂ ਬਚਨ ਨਿਕਲਣਗੇ ਸਤਿਗੁਰੂ ਜੀ, ਮੈਂ ਉਹਨਾਂ ਦੀ ਕਮਾਈ ਕਰਾਂਗਾ, ਉਹਨਾਂ ਨੂੰ ਪ੍ਰਵਾਨ ਕਰਾਂਗਾ। ਜੋ ਤੁਹਾਡਾ ਹੁਕਮ ਹੋਵੇਗਾ ਨਾ ਸਤਿਗੁਰੂ ਜੀ, ਮੈਂ ਤੁਹਾਡੇ ਹੁਕਮ ਦੇ ਅਨੁਸਾਰ ਹੀ ਹੋ ਕਰਕੇ ਚੱਲਣਾ ਕਰਾਂਗਾ, ਕਿਉਂਕਿ ਤੁਸੀਂ ਜੋ ਮੁੱਖ ਵਿੱਚੋਂ ਬਚਨ ਛੱਡਦੇ ਹੋ ਉਹ ਤੁਰੰਤ ਪੂਰੇ ਹੋ ਜਾਂਦੇ ਹਨ। ਸਿੰਘਾ ਕਿਸਾਨ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਮਹਾਨ ਪੁਰਖ ਜੇ, ਤੁਹਾਡੇ ਚੇਲਿਆਂ ਦਾ ਮੈਂ ਚੇਲਾ, ਮੈਨੂੰ ਪਤਾ ਹੈ ਕਿ ਤੁਸੀਂ ਜਿਹੜੇ ਵੀ ਬਚਨ ਛੱਡਦੇ ਹੋ ਮੁੱਖ ਵਿੱਚੋਂ ਕਦਾਚਿਤ ਖਾਲੀ ਨਹੀਂ ਜਾਂਦੇ, ਉਹ ਤੁਰੰਤ ਹੀ ਪੂਰੇ ਹੋ ਜਾਂਦੇ ਹੈ। ਇਸ ਕਰਕੇ ਮੈਂ ਆਪ ਜੀ ਦੇ ਹੁਕਮ ਦੀ ਤਮੀਲ ਕਰਦਾ ਹੋਇਆ ਕਿਸੇ ਪਾਸੇ ਨਹੀਂ ਜਾਵਾਂਗਾ, ਮੈਂ ਆਪ ਜੀ ਦੇ ਚਰਨਾਂ ਵਿੱਚ ਬੈਠਾ ਹਾਂ। ਉਤ ਜਿਸ ਕੇ ਕਰ ਭਈ ਸਗਾਈ, ਸਭ ਭਾਈ ਨ ਬਿਖੈ ਬਰਤਾਈ, ਸਿੰਘਾਂ ਨੇ ਦੇਖੋ ਤੈਂ ਪੂਛਾ, ਆਇਓ ਕਿਉਂ ਨਾ ਰਹੇ ਪੁਣਸ਼ੂਸ਼ਾ। ਹੁਣ ਦੂਸਰੇ ਪਾਸੇ ਜਿੱਧਰ ਕੜਮਾਈ ਸੀ ਨਾ, ਸਗਾਈ ਸੀ ਗੁਰੂ ਪਿਆਰ ਵਾਲਿਓ, ਉੱਧਰ ਫਿਰ ਸਿਆਣੇ ਮਨੁੱਖ ਕਹਿਣ ਲੱਗੇ, ਭਾਈ ਅੱਜ ਸਿੰਘਾਂ ਆਇਆ ਹੀ ਨਹੀਂ, ਇੱਦਾਂ ਕਹਿ ਕੇ ਅਤੇ ਮਠਿਆਈ ਇਹਨਾਂ ਨੇ ਵਰਤਾਉਣਾ ਕੀਤੀ ਹੈ, ਮਠਿਆਈ ਇਹਨਾਂ ਨੇ ਵਰਤਾਉਣਾ ਕੀਤੀ ਹੈ, ਜੋ ਕੁਛ ਵੀ ਵਰਤਾਉਂਦੇ ਸੀ ਵਰਤਾਉਣਾ ਕੀਤੀ ਹੈ, ਅਤੇ ਨਾਲ ਹੀ ਕਹਿੰਦੇ ਭਾਈ ਅੱਜ ਸਿੰਘੇ ਨੂੰ ਨਹੀਂ ਦੇਖਿਆ, ਪਤਾ ਨਹੀਂ ਕਿਹੜੇ ਪਾਸੇ ਚਲਿਆ ਗਿਆ, ਅੱਗੇ ਤਾਂ ਉਹ ਬੜੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਣਾ ਕਰਦਾ ਸੀ, ਆਇਓ ਕਿਉਂ ਨਾ ਰਹਿ ਪੁਨ ਸ਼ੂਸ਼ਾ, ਕਿ ਆਇਆ ਕਿਉਂ ਨਹੀਂ, ਕਿਉਂਕਿ ਅੱਜ ਉਹ ਇਸ ਮਿੱਠੇ ਪ੍ਰਸ਼ਾਦ ਤੋਂ ਖਾਲੀ ਰਹਿ ਜਾਏਗਾ, ਕਿ ਆਇਆ ਕਿਉਂ ਨਹੀਂ, ਅੱਗੇ ਤਾਂ ਉਹ ਪਹੁੰਚ ਕੇ ਇੱਥੇ ਆਉਣਾ ਕਰਦਾ ਸੀ। ਤੈਂ ਕਨੇ ਭਾਖੋ ਸੋ ਗਇਓ, ਵੈਰ ਗੁਰੂ ਜੈ ਉਤਰ ਭਇਓ, ਹੋਏ ਨਿਕੰਮਾ ਦਿਵਸ ਬਤਾਵੇ, ਸਾਧ ਫਕੀਰ ਨਿਕਟ ਚੱਲ ਜਾਵੇ। ਕਿ ਜਦੋਂ ਹੁਣ ਇਹ ਗੱਲ ਹੋਈ ਨਾ ਗੁਰੂ ਪਿਆਰ ਵਾਲਿਓ, ਇਹਨਾਂ ਦੇ ਵਿੱਚੋਂ ਇੱਕ ਬੋਲਦਾ ਭਲਾ ਲੋਕ, ਕਹਿੰਦਾ ਬਾਈ ਮੈਂ ਸੁਣਿਆ ਕਿ ਬਾਹਰ ਇੱਕ ਗੁਰੂ ਆਇਆ ਬੈਠਾ, ਅਤੇ ਹੁਣ ਸਿੰਘਾਂ ਵੀ ਫਕੀਰਾਂ ਵਾਂਗ ਨਿਕੰਮਾ ਹੀ ਹੋਇਆ ਜਾਪਦਾ, ਕਿ ਉਸ ਗੁਰੂ ਦੇ ਪਾਸ ਜਾ ਕੇ ਬੈਠਾ ਰਹਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਬਹੁਤਾ ਸਿਆਣਾ ਹੋਣਾ ਗੁਰੂ ਪਿਆਰ ਵਾਲਿਓ, ਕਿਉਂਕਿ ਸਤਿਗੁਰੂ ਜੀ ਮਹਾਰਾਜ ਕਹਿੰਦੇ ਮੂਰਖੇ ਨਾਲ ਨਾ ਲੁੱਝੀਏ। ਅੱਜ ਵੀ ਇੱਦਾਂ ਦੀਆਂ ਸਿਆਣਪਾਂ ਬੜੇ ਲੋਕਾਂ ਕੋਲ ਨੇ, ਬੜੇ ਉਹ ਕਹਿ ਦਿੰਦੇ ਹੈ ਕਿ ਜੇ ਰੱਬ ਦੇ ਘਰ ਦਾ ਕੋਈ ਵਜ਼ੀਰ ਬਣ ਜਾਏ ਨਾ, ਫਿਰ ਜਾ ਕੇ ਅਗਾ ਉਹਨਾਂ ਦੇ ਰਿਸ਼ਤੇਦਾਰੀਆਂ 'ਚ ਵੀ ਕਹਿਣਗੇ ਕਿ ਬਈ ਉਹਨਾਂ ਦਾ ਮੁੰਡਾ ਤਾਂ ਗੁਰਦੁਆਰੇ ਬੈਠਾ,
ਉਹਨੂੰ ਰਿਸ਼ਤਾ ਕਿਹਨੇ ਕਰਨਾ ਹੈ, ਉਹਦੇ ਗੁਰਦੁਆਰੇ ਰਹਿੰਦੇ ਹੈ, ਫਲਾਨ ਕਰਦੇ ਹੈ, ਢੀਂਗ ਕਰਦੇ ਹੈ, ਪਰ ਆਪ ਦਾ ਇਹ ਨਹੀਂ ਪਤਾ ਦੋ ਚਾਰ ਦਿਨਾਂ ਬਾਅਦ ਹੀ ਪ੍ਰਧਾਨਗੀਆਂ ਵਾਸਤੇ ਉਸੇ ਗੁਰਦੁਆਰੇ ਦੀਆਂ ਵਾਸਤੇ ਲੜਨ ਲੱਗ ਜਾਂਦੇ ਹੈ, ਸਾਨੂੰ ਪ੍ਰਧਾਨ ਬਣਾਓ, ਸਾਨੂੰ ਖਜ਼ਾਨਚੀ ਬਣਾਓ, ਸਾਨੂੰ ਸਕੱਤਰ ਬਣਾਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਬਣਦੇ ਆ ਭਲਾ, ਕਿਉਂ ਬਣਦੇ ਆ ਗੁਰੂ ਪਿਆਰ ਵਾਲਿਓ? ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਵਿਰਖਾਏ। ਸਪਸ਼ਟ ਗੱਲ ਹੈ ਕਿ ਗੁਰੂ ਦੇ ਵਜ਼ੀਰ 'ਤੇ ਤਾਂ ਸ਼ੰਕੇ ਨੇ, ਪਰ ਇਹ ਬੜੇ ਸਾਫ਼ ਸੁਥਰੇ ਨੇ। ਇਹਨਾਂ ਨੂੰ ਰਾਤਾਂ ਭਰ ਵੀ ਬੈਲ ਨਹੀਂ ਲੱਗੀ ਹੋਈ, ਬਿਲਕੁਲ ਸਾਫ਼ ਸੁਥਰੇ ਹੈ ਕਿ ਗੁਰੂ ਕਾ ਵਜ਼ੀਰ ਜੇ ਰਸੀਦਾਂ ਵੀ ਕੱਟਦਾ ਨਾ, ਖੋਹ ਲਓ ਉਹਦੇ ਕੋਲੋਂ, ਇਹ ਬੇਈਮਾਨ ਹੈ, ਇਹ ਐਂ ਕਰ ਰਿਹਾ, ਫਲਾਨ ਕਰ ਰਿਹਾ, ਪਰ ਇਹ ਦੁੱਧ ਧੋਤੇ ਹੈ ਬਿਲਕੁਲ, ਇੱਥੇ ਬੇੜਾ ਬਹਿੰਦਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਉਹਨੇ ਕੀ ਆਉਣਾ ਹੈ, ਇੱਕ ਗੁਰੂ ਆਇਆ ਬੈਠਾ ਪਿੰਡੋਂ ਬਾਰ ਬਾਰ, ਨਿਕੰਮਾ ਹੋਇਆ ਬੈਠਾ, ਉਹਦੇ ਕੋਲ ਹੀ ਜਾ ਕੇ ਬੈਠਾ ਰਹਿੰਦਾ ਹੈ, ਅਤੇ ਉੱਥੇ ਹੁਣ ਉਹ ਉਪਦੇਸ਼ ਲੈਂਦਾ ਰਹਿੰਦਾ ਹੈ। ਜਾਪਦਾ ਹੈ ਕਿ ਉਹ ਨਿਕੰਮਾ ਹੋ ਗਿਆ ਅਤੇ ਸਾਧੂਆਂ ਫਕੀਰਾਂ ਦੇ ਨਾਲ ਫਕੀਰ ਹੀ ਬਣੇਗਾ, ਇਹ ਨਾ ਹੋਵੇ ਕਿਤੇ ਸਿੰਘਾ ਉਹਦੇ ਨਾਲ ਹੀ ਨਾ ਜਾਂਦਾ ਹੋਵੇ ਬੱਚੇ ਛੱਡ ਕੇ। ਬੈਠੋ ਰਹੇ ਸੰਜ ਲਓ ਤਾਹਾਂ, ਪੈਰ ਨਖੈਬੋ ਪਾਏ ਨਾ ਜਾਹਾਂ, ਐਸੀ ਸਦਾ ਰੀਤ ਤਿਸ ਕਿਨੇ, ਬੈਠੇ ਵੈਰ ਕੋਈ ਕਿਤਹੇ ਨੇ। ਕਿ ਮੈਂ ਦੇਖਿਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਫਕੀਰ ਦੇ ਚਰਨਾਂ ਵਿੱਚ ਜਾ ਕੇ ਬੈਠਾ ਰਹਿੰਦਾ, ਅਤੇ ਪਤਾ ਨਹੀਂ ਉਹਦੇ ਨਾਲ ਕਿਹੜੀਆਂ ਗੱਲਾਂ ਬਾਤਾਂ ਉਹ ਸਾਂਝੀਆਂ ਕਰਦਾ। ਪਹਿਨਣ ਅਤੇ ਖਾਣ ਨੂੰ ਕੁਛ ਮਿਲਦਾ ਨਹੀਂ, ਅਤੇ ਸਦਾ ਹੀ ਉਹਦੇ ਵਾਲੀ ਰੀਤ ਕਮਾਉਣੀ ਚਾਹੁੰਦਾ, ਸਦਾ ਹੀ ਉਹਦੇ ਵਾਲੀ ਰੀਤ ਕਮਾਉਣੀ ਚਾਹੁੰਦਾ, ਇਸ ਵਾਸਤੇ ਬਾਹਰ ਹੀ ਬੈਠਦਾ ਉਹਦੇ ਪਾਸ ਜਾ ਕੇ। ਹੁਣ ਤੁਸੀਂ ਉਸਨੂੰ ਦੇਖੋਗੇ ਨਹੀਂ, ਇਹਨਾਂ ਕੜਮਾਈਆਂ ਵਿੱਚ ਨਹੀਂ ਦੇਖੋਗੇ, ਜਾਪਦਾ ਕਿ ਉਹ ਤਾਂ ਫਕੀਰ ਚਲਿਆ ਬਣਿਆ ਜਾਏਗਾ। ਇਹ ਖੀਵੇ ਦੇ ਇੱਕ ਆਦਮੀ ਨੇ ਇਸ ਕੜਮਾਈ ਵਾਲੇ ਘਰ ਦੇ ਵਿੱਚ ਇਹ ਗੱਲ ਕਰਨਾ ਕੀਤੀ, ਪਰ ਜਿਹੜੇ ਭਲੇ ਪੁਰਸ਼ ਸੀ ਨਾ, ਉਹ ਕਹਿਣ ਲੱਗੇ ਨਹੀਂ ਬਈ, ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ ਨੇ, ਉਹ ਕਿਰਪਾ ਦੇ ਦਾਤੇ ਨੇ, ਰਹਿਮਤਾਂ ਦੇ ਭੰਡਾਰ ਨੇ, ਆਪਣੀ ਨਗਰੀ ਉੱਤੇ ਕਿਰਪਾ ਕਰਨ ਵਾਸਤੇ ਆਏ ਹੈ। ਅੱਜ ਬਈ ਸਿੰਘੇ ਵਾਸਤੇ ਦੋ ਵਰਤਾਰੇ ਉਹਦੇ ਘਰੇ ਦੇ ਕੇ ਆਉਣਾ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਬਚਨ ਛੱਡੇ ਸੀ ਨਾ, ਸਿੰਘਿਆ ਬੈਠ ਜਾ ਆਰਾਮ ਨਾਲ, ਤੇਰੇ ਘਰ ਦੇ ਵਿੱਚ ਦੋ ਵਰਤਾਰੇ ਆਇਆ ਕਰਨਗੇ, ਹੁਣ ਨਾ ਕਿਸੇ ਦੇ ਘਰੇ ਜਾਈ ਇੱਦੋਂ ਬਾਅਦ। ਉਸ ਤੋਂ ਲੈ ਕੇ ਜਦੋਂ ਵੀ ਕਿਸੇ ਦੇ ਘਰੇ ਖੀਵੇ ਪਿੰਡ ਵਿੱਚ ਕੜਮਾਈ ਹੁੰਦੀ ਨਾ, ਇਤਿਹਾਸਕਾਰ ਕਹਿੰਦਾ ਕਿ ਦੋ ਜਿਹੜੇ ਵਰਤਾਰੇ ਸੀ ਉਹਦੇ ਘਰ ਦੇ ਵਿੱਚ ਦੇ ਕੇ ਜਾਂਦੇ ਹੈ। ਇੱਦਾਂ ਇਹ ਦੋ ਵਰਤਾਰੇ ਆਉਣਾ ਕੀਤੇ, ਸਿੰਘਾਂ ਨਾਮੀ ਕਿਸਾਨ ਘਰੇ ਜਦੋਂ ਦੇਖਿਆ ਨਾ, ਅਤੇ ਮੁੜ ਕੇ ਫਿਰ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ, ਅਤੇ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਕੇ ਬੜਾ ਸਾਰਾ ਸ਼ੁਕਰਾਨਾ ਕੀਤਾ, ਸ਼ੋਭਾ ਕੀਤੀ ਸਤਿਗੁਰਾਂ ਦੇ। ਕਹਿਣ ਲੱਗਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਤੁਸਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਮੈਂ ਇਸੇ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਸੀ ਕਿ ਮਹਾਂਪੁਰਸ਼ੋ, ਤੁਸੀਂ ਜਿਹੜੇ ਬਚਨ ਛੱਡਦੇ ਜੇ ਉਹ ਬਿਲਕੁਲ ਸੰਪੂਰਨ ਹੁੰਦੇ ਹੈ, ਮੈਂ ਕਈ ਵਾਰ ਦੇਖਣਾ ਕੀਤਾ, ਅੱਜ ਜਿਹੜਾ ਤੁਸੀਂ ਬਚਨ ਛੱਡਿਆ ਉਹ ਵੀ ਸਤਿਗੁਰੂ ਜੀ ਪੂਰਾ ਹੋ ਗਿਆ, ਕੜਮਾਈ ਵਾਲੇ
ਜਿਹੜੇ ਕਿਸਾਨ ਸੀ ਉਹ ਮੇਰੇ ਘਰ ਦੇ ਵਿੱਚ ਦੋ ਵਰਤਾਰੇ ਦੇ ਕੇ ਗਏ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਮੁਸ਼ਕਰਾਏ, ਕਹਿਣ ਲੱਗੇ, ਸਿੰਘਿਆ ਬਚਨਾਂ ਦੀ ਕਮਾਈ ਕਰੇਗਾ ਅਤੇ ਤੇਰੇ ਉੱਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀਆਂ ਬੜੀਆਂ ਸਾਰੀਆਂ ਰਹਿਮਤਾਂ ਹੋਣਗੀਆਂ। ਇਹ ਸਿੰਘਾ ਕਿਸਾਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨ ਪਰਸ ਕੇ ਧੰਨਤਾ ਦਾ ਯੋਗ ਬਣ ਗਿਆ। ਸੋ ਅੱਜ ਇੱਥੇ ਸਮਾਪਤੀ। ਕੱਲ੍ਹ ਨੂੰ ਫਿਰ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨਗੇ, ਜਿਵੇਂ ਵੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਖੀਵੇ ਤੋਂ ਭਿੱਖੀ ਵਾਲੇ ਪਾਸੇ ਨੂੰ ਜਾਣਗੇ, ਜੇ ਸਤਿਗੁਰਾਂ ਦੀ ਰਹਿਮਤ ਹੋਏਗੀ ਤਾਂ ਕੱਲ੍ਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਪਵਿੱਤਰ ਇਤਿਹਾਸ ਸੁਣ ਕਰਕੇ ਮਨ ਕਰਕੇ ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ, ਸਾਡੇ ਸਿਰ 'ਤੇ ਮਿਹਰਾਂ ਦਾ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਅਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣ ਸਕੀਏ। ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਅਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੇ ਚਰਨਾਂ ਦੇ ਜੋੜੇ ਝਾੜ ਕੇ ਧੰਨਤਾ ਦੇ ਯੋਗ ਪਾਉਂਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।